ਕਿ ਸਾਰੇ ਪੜ੍ਹੋ ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੁਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ ਪੁਰਜਾ ਕਟ ਮਰੈ ਕਬੂ ਨ ਛਾਡੈ ਖੇਤ ਪੁਰਜਾ ਕਟ ਮਰੈ ਕਬੂ ਨ ਛਾਡੈ ਖੇਤ ਸੁਰਾ ਸੋ ਪਹਿਚਾਨੀਐ ਸੁਰਾ ਸੋ ਪਹਿਚਾਨੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਆਂ ਨੇ ਨਾਮ ਦੀ ਮਹਿਮਾ ਦੇ ਬਚਨ ਸ਼ਬਦ ਰਾਹੀਂ ਪਹਿਲੋਂ ਗਾਇਣ ਕੀਤੇ ਫਿਰ ਉਹਨਾਂ ਬਾਰੇ ਵਿਚਾਰ ਦੱਸ ਰਹੇ ਸੀ ਗੁਰੂ ਕੇ ਲਾਲ ਸਿਮਰਨ ਵਿੱਚ ਗੁਰੂ ਸ਼ਬਦ ਵਿੱਚ ਧਿਆਨ ਜੋੜਨ ਦੇ ਬਾਰੇ ਆਪ ਜੀ ਨੂੰ ਦੱਸ ਰਹੇ ਸੀ ਅਤੇ ਉਹਨਾਂ ਇੱਕ ਵਚਨ ਕੀਤਾ ਵੀ ਸਾਰਾ ਗਿਆਨ ਹੋਣ ਦੇ ਬਾਵਜੂਦ ਸਾਰਾ ਉਪਦੇਸ਼ ਕੰਠ ਦੇ ਬਾਵਜੂਦ ਵੀ ਇੱਕ ਅੰਗ ਤੋਂ 1430 ਅੰਗ ਤੱਕ ਸਤਿਗੁਰੂ ਨੇ ਜੋ ਸਾਹਮਣੇ ਵਚਨ ਸਾਹਮਣੇ ਲਿਆਂਦਾ ਸਿਮਰੋ ਸਿਮਰ ਸਿਮਰ ਸੁੱਖ ਪਾਓ ਸਾਰਾ ਸੰਸਾਰ ਗੁਰਦੁਆਰੇ ਕਾਹਦੇ ਲਈ ਆਉਂਦਾ ਹੈ ਸੁੱਖ ਮਿਲਣ ਆਖੋ ਵਾਹਿਗੁਰੂ ਅਖੰਡ ਪਾਠ ਕਾਹਦੇ ਲਈ ਕਰਾਉਂਦਾ ਹੈ ਸੁੱਖ ਮਿਲਣ ਗੁਰਦੁਆਰਿਆਂ ਵਿੱਚ ਪੱਥਰ ਲਵਾਉਂਦਾ ਹੈ ਪੱਖੇ ਲਵਾਉਂਦਾ ਹੈ ਰੁਮਾਲੇ ਚੜਾਉਂਦਾ ਹੈ ਮਗਰ ਮੰਗ ਇਹ ਹੁੰਦੀ ਹੈ ਵੀ ਵਾਹਿਗੁਰੂ ਜੀ ਸਾਡੇ ਘਰ 'ਚ ਸੁੱਖ ਸ਼ਾਂਤੀ ਆਵੇ ਉਸ ਸੁੱਖ ਦਾ ਮੂਲ ਮੇਰੇ ਸਤਿਗੁਰੂ ਜੀ ਕਹਿੰਦੇ ਦੁਨੀਆਂ ਦੇ ਲੋਕੋ ਜੋ ਤੁਸੀਂ ਛੱਡ ਬੈਠੇ ਹੋ ਰੱਬ ਦਾ ਸਿਮਰਨ ਉਹਨੂੰ ਦੁਬਾਰਾ ਫੜ ਲਓ ਜੇ ਸੁਖੀ ਹੋਣਾ ਚਾਹੁੰਦੇ ਹੋ ਆਖੋ ਵਾਹਿਗੁਰੂ ਸੁੱਖ ਨਹੀਂ ਬਹੁਤੇ ਧਨ ਖੱਟੇ ਚੰਗੀ ਤਰ੍ਹਾਂ ਇਹਨਾਂ ਬਚਨਾਂ ਨੂੰ ਸਮਝਿਓ ਪੀਓ ਬਾਪੂ ਜੀ ਕਹਿੰਦੇ ਜੇ ਬਹੁਤੇ ਪੈਸੇ ਕਮਾਇਆ ਸੁੱਖ ਨਹੀਂ ਕੀ ਆਖਿਆ ਜੀ ਮੈਂ ਬੋਲੋ ਜਰਾ ਚੁੱਪੀ ਹੋ ਗਏ ਬੋਲੋ ਨਾ ਗੁਰੂ ਕੇ ਸਿੱਖ ਧੀਓ ਤੁਸੀਂ ਵੀ ਬੋਲੋ ਬਹੁਤੇ ਪੈਸੇ ਕਮਾਇਆ
ਜਿਨ੍ਹਾਂ ਕੋਲ ਹੈਗੇ ਉਹਨਾਂ ਨੂੰ ਪੁੱਛ ਲਓ, ਅੱਖ ਵਾਹਿਗੁਰੂ, ਜਿਨ੍ਹਾਂ ਕੋਲ ਪੈਸੇ ਹੈਗੇ ਉਹਨਾਂ ਨੂੰ ਪੁੱਛ ਲਓ ਕਿੰਨੇ ਕੁ ਸੁਖੀ ਨੇ। ਸੁੱਖ ਨਹੀਂ, ਬਹੁਤੇ ਧਨ ਖੱਟੇ। ਜਿਨ੍ਹਾਂ ਜਿਨ੍ਹਾਂ ਕੋਲ ਰੱਬ ਨੇ ਦੌਲਤ ਦਿੱਤੀ, ਜਿੰਨੇ ਉਹ ਦੁਖੀ ਨੇ ਉਹਨਾਂ ਗਰੀਬ ਦੁਖੀ ਨਹੀਂ। ਤੁਸੀਂ ਸੰਸਾਰ ਵਿੱਚ ਬਹੁਤ ਸਾਰੇ ਰੋਗੀ ਜਾ ਕੇ PGI ਵੇਖੋ, ਹਸਪਤਾਲਾਂ 'ਚ ਵੇਖੋ, ਉਹ ਲੋਕ ਰੋਗੀ ਨੇ ਜਿਹੜੇ ਪੈਸੇ ਵਾਲੇ ਨੇ। ਝੁੱਗੀ 'ਚੋਂ ਉੱਠਿਆ ਕੋਈ ਬਹੁਤ 100 ਦੇ ਵਿੱਚੋਂ 4 ਕੇਸ ਆਉਣਗੇ। ਜਿਹੜਾ ਬੰਦਾ ਕਿਰਤ ਕਰਨ ਵਾਲਾ ਹੈ, ਹਲ ਵਾਹੁਣ ਵਾਲਾ ਹੈ, ਰਕਸ਼ਾ ਵਾਹੁਣ ਵਾਲਾ ਹੈ, ਉਹਨੂੰ ਹਾਰਟ ਅਟੈਕ ਹੋਇਆ ਹੋਊ। ਇਹ ਸਾਰੀਆਂ ਬਿਮਾਰੀਆਂ ਲੈ ਕੇ ਆਉਣ ਵਾਲੀ 4 ਛਿੱਲੜਾਂ ਜਿਹੜੀਆਂ ਨੇ, ਇਹਨਾਂ ਬਾਰੇ ਗੁਰੂ ਨੇ ਉਪਦੇਸ਼ ਦਿੱਤਾ, ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ। ਦੁਨੀਆ ਦੇ ਲੋਕੋ, ਸੁੱਖ ਨਹੀਂ, ਬਹੁਤੇ ਧਨ ਖੱਟੇ। ਅੱਗੇ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ, ਜੇ ਪੈਸੇ ਤੋਂ ਤਾਂ ਉੱਠੀਏ। ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ, ਤੁਸੀਂ ਤਾਂ ਪੇਂਡੂ ਜੇ, ਪਤਾ ਨਹੀਂ ਤੁਹਾਨੂੰ ਵੀ ਲੱਗਾ ਹੋਵੇ, ਨਾਟਕ ਬੜੇ ਵਹਿੰਦੀਆਂ TV ਦੇ ਉੱਤੇ ਲਾ ਕੇ, ਨਾਟਕ ਬੜੇ ਵਹਿੰਦੀਆਂ। ਅਤੇ ਜਦੋਂ ਕਦੀ ਪੁੱਛੋ, ਕਹਿੰਦੇ ਵਾਹ ਵਾਹ ਦੋ ਪਾਸੇ ਧਿਆਨ ਲੱਗਾ। ਮੇਰਾ ਸਾਹਿਬ ਕਹਿੰਦਾ, ਨਹੀਂ ਸੁੱਖ ਨਹੀਂ, ਪੇਖੇ ਨਿਰਿਤ ਨਾਟੇ। ਨਿਰਿਤ ਅਤੇ ਨਾਟਕ ਵੇਖਿਆ ਵੀ ਦੁਨੀਆ ਦੇ ਲੋਕੋ ਸੁੱਖ ਨਹੀਂ। ਫਿਰ ਅੱਗੇ ਜਾ ਕੇ ਕਿਹਾ, ਸੁੱਖ ਨਹੀਂ ਬਹੁਤ ਦੇਸ਼ ਕਮਾਏ। ਇੱਥੋਂ ਲੋਕ ਅੱਜ ਪੈਲੀਆਂ ਵੇਚ ਵੇਚ ਕੇ ਕੈਨੇਡਾ ਨੂੰ ਭੱਜੇ ਜਾਂਦੇ, ਅਮਰੀਕਾ ਨੂੰ ਭੱਜੇ ਜਾਂਦੇ। ਸੁਣਿਓ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਕੈਨੇਡਾ ਨੂੰ ਭੱਜੇ ਜਾਂਦੇ ਨੇ, ਅਮਰੀਕਾ ਨੂੰ, ਇੰਗਲੈਂਡ ਨੂੰ। ਕੋਈ ਡੁੱਬ ਕੇ ਰਾਹ 'ਚ ਮਰ ਜਾਂਦੇ ਨੇ, ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ, ਕੋਈ ਜੇਲ੍ਹਾਂ 'ਚ ਰੁਲ ਰਹੇ ਨੇ, ਮਗਰ ਗੈ ਭਾਲ ਕਾਹਦੀ 'ਚ, ਸੁੱਖ ਦੀ 'ਚ। ਆਖੋ ਵਾਹਿਗੁਰੂ, ਉੱਚੀ ਬੋਲਿਆ ਕਰੋ। ਕਾਹਦੀ ਭਾਲ 'ਚ ਗਏ ਸੀ? ਰੋਟੀ ਤਾਂ ਇੱਥੇ ਵੀ ਸੀ, ਮਕਾਨ ਇੱਥੇ ਵੀ ਸੀ। ਮੈਂ ਸੁਖੀ ਹੋ ਜੂੰ, ਸ਼ਾਇਦ ਮੇਰੇ ਕੋਲ ਦੌਲਤ ਆਊਗੀ, ਡਾਲਰ ਆਉਣਗੇ, ਪਾਉਂਡ ਆਉਣਗੇ, ਮੈਂ ਸੁਖੀ ਹੋ ਜੂੰ। ਮੇਰੇ ਸਾਹਿਬ ਨੇ ਇੱਥੇ ਵੀ ਕਾਂਟਾ ਮਾਰਤਾ, ਸੁੱਖ ਨਹੀਂ ਬਹੁਤ ਦੇਸ਼ ਕਮਾਏ। ਬੋਲੋ ਭਲਾ, ਧੀਓ ਤੁਸੀਂ ਬੋਲੋ, ਬੱਚਿਓ ਬੋਲੋ, ਸੁੱਖ ਨਹੀਂ ਬਹੁ ਬੜੇ ਦੇਸ਼ਾਂ ਦੀ ਕਮਾਈ ਕੀਤਿਆਂ ਵੀ। ਆ ਬੈਠਾ ਅੱਜ ਸਾਹਮਣੇ, ਕੈਨੇਡਾ ਤੋਂ ਆਇਆ ਮੇਰਾ ਭਰਾ, ਇਹਨੂੰ ਪੁੱਛ ਲਓ ਲੋਕ ਉੱਥੇ ਕਿੰਨੇ ਕੁ ਸੁਖੀ ਨੇ। ਅਮਰੀਕਾ ਤੋਂ ਮੇਰੀ ਧੀ ਆਈ, ਇਹਨੂੰ ਪੁੱਛ ਲਓ ਜਿੰਨੇ ਸੂਸਾਈਡ ਅਮਰੀਕਾ ਵਿੱਚ ਲੋਕ ਕਰਦੇ, ਜਿੰਨੇ ਡਿਪਰੈਸ਼ਨ ਦੇ ਮਰੀਜ਼ ਅਮਰੀਕਾ ਦੇ ਵਿੱਚ ਨੇ, ਜਿੰਨੇ ਡਿਪਰੈਸ਼ਨ ਦੇ ਮਰੀਜ਼ ਕੈਨੇਡਾ ਵਿੱਚ ਨੇ, ਇਹਨੇ ਇੰਡੀਆ 'ਚ ਨਹੀਂ। ਆਖੋ ਵਾਹਿਗੁਰੂ, ਮਗਰ ਫਿਰ ਵੀ ਲੋਕ ਭੱਜਦੇ। ਉੱਥੇ ਸੁੱਖ ਹੈ, ਉੱਥੇ ਸੁੱਖ ਹੈ। ਮੇਰਾ ਸਤਿਗੁਰੂ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਲੋਕਾਂ ਨੂੰ ਕਹਿੰਦਾ, ਸੁੱਖ ਨਹੀਂ ਬਹੁਤ ਦੇਸ਼ ਕਮਾਏ। ਬਹੁਤੇ ਦੇਸ਼ਾਂ ਦੀ ਕਮਾਈ ਕੀਤਿਆਂ ਵੀ ਸੁੱਖ ਨਹੀਂ। ਆਖਿਆ ਮਹਾਰਾਜ ਸੁੱਖ ਕਿੱਥੇ ਨੇ? ਤੁਸੀਂ ਦੱਸੋ, ਪੈਸਿਆਂ 'ਚ ਤੁਸੀਂ ਆਖਿਆ ਸੁੱਖ ਨਹੀਂ, TV ਵਿੱਚ ਤੁਸੀਂ ਆਖਿਆ ਸੁੱਖ ਨਹੀਂ, ਦੇਸ਼ਾਂ ਦੀ ਕਮਾਈ 'ਚ ਤੁਸੀਂ ਆਖਿਆ ਸੁੱਖ ਨਹੀਂ, ਸੁੱਖ ਹੈ ਕਿੱਥੇ? ਸਾਹਿਬ ਕਹਿੰਦੇ, ਸਰਬ ਸੁਖਾ ਹਰ ਹਰ ਗੁਣ ਗਾਏ। ਬੋਲੋ ਭਲਾ, ਸਾਰੇ ਸੁੱਖ ਵਾਹਿਗੁਰੂ 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 ਆਹ ਦਇਆ।
ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੁੱਖ ਨਹੀਂ ਬਹੁ, ਜਿਨ੍ਹਾਂ ਜਿਨ੍ਹਾਂ ਨੂੰ ਬਾਣੀ ਆਉਂਦੀ, ਮੇਰੀ ਉਹ ਧੀ ਉਹ ਤੁਸਨ ਤੁਹਾਨੂੰ ਵੀ ਆਉਂਦੀ, ਉਹ ਭਾਗਾਂ ਵਾਲੀਆਂ ਧੀਆਂ ਵਿੱਚ ਬੈਠੀਆਂ ਹੋਣਗੀਆਂ ਜਿਨ੍ਹਾਂ ਨੂੰ ਬਾਣੀ ਕੰਠ ਆ। ਮੈਂ ਤਾਂ ਅਕਸਰ ਬੇਨਤੀ ਕਰਦਾ ਨਾ ਗੁਰੂ ਕਿਆ ਸਿੱਖਾ, ਆਹ ਭਾਈ ਸਾਹਿਬ ਮੈਨੂੰ ਦੱਸਣ ਡਿਆ ਸੀ ਇੱਥੇ ਸਹਿਜ ਪਾਠ ਹੁੰਦੇ ਹੀ ਰਹਿੰਦੇ। ਭਾਗਾਂ ਵਾਲਾ ਤੁਹਾਡਾ ਪਿੰਡ ਹੈ ਭਾਗਾਂ ਵਾਲਾ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਵੱਡਿਆਂ ਭਾਗਾਂ ਵਾਲੇ ਬਾਣੀ ਪੜ੍ਹਦੇ ਬਾਣੀ ਸੁਣਦੇ, ਕਈ ਵਾਰ ਬੇਨਤੀ ਕੀਤੀ, ਮੱਛੀ ਦਾ ਜੀਵਨ ਹੈ ਪਾਣੀ, ਨੋਟ ਕਰਿਓ, ਮੱਛੀ ਦਾ ਜੀਵਨ ਕੀ ਹੈ ਅਤੇ ਸਿੱਖ ਦਾ ਜੀਵਨ ਹੈ, ਸਾਰੇ ਬੋਲੋ, ਜਿਸ ਤਰ੍ਹਾਂ ਮੱਛੀ ਤੜਫ ਤੜਫ ਕੇ ਮਰ ਜਾਂਦੀ ਪਾਣੀ 'ਚੋਂ ਬਾਹਰ ਕੱਢਦੀ ਹੈ, ਇਸ ਤਰ੍ਹਾਂ ਤੜਫ ਤੜਫ ਕੇ ਦੋ ਚਾਰ ਵਾਰ ਤੜਫਦੀ ਮਰ ਜਾਂਦੀ। ਬਾਬੇ ਨਾਨਕ ਦਿਆ ਪੁੱਤਰਾ ਤੂੰ ਆਪੋ ਆਪਣੇ ਘਰ ਵੇਖਾ, ਜਿੰਨੇ ਬਜ਼ੁਰਗ ਬੈਠੇ ਮੇਰੀ ਉਮਰ ਦੇ, ਆ ਜਿਹੜੀਆਂ ਭੈਣਾਂ ਬੈਠੀਆਂ, ਆਪੋ ਆਪਣੇ ਘਰ ਝਾਤੀ ਮਾਰੋ, ਨਿਤਨੇਮ ਹੁੰਦਾ ਹੈ। ਬੋਲੋ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ, ਕੀ ਸਾਡੇ ਘਰਾਂ 'ਚ ਨਿਤਨੇਮ ਹੁੰਦਾ ਹੈ? ਜੇ ਨਹੀਂ ਨਿਤਨੇਮ ਹੁੰਦਾ ਤਾਂ ਫਿਰ ਮਰਨਾ ਹੀ ਆ, ਹੋਰ ਕੀ ਆ? ਆਖਾਂ ਜੀਵਾਂ ਵਿਸਰੇ, ਮਰ ਜਾਣ ਦੀ ਗੱਲ ਕੀਤੀ ਅਤੇ ਸਾਡੇ ਪੱਲੇ ਕੀ ਰਹਿ ਗਿਆ? ਕਿਤਨਾ ਸਾਨੂੰ ਮਾਰਿਆ ਜਾ ਰਿਹਾ ਰੋਲ ਰੋਲ ਕੇ। ਇਹਦਾ ਕਾਰਨ ਇਹੀ ਹੈ, ਤੁਹਾਡੇ ਹੱਥੋਂ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਪੰਜਾਬ ਦੇ ਵਾਸੀਓ, ਕਿਸਾਨੋ, ਸਿੱਖੋ, ਗੁਰਸਿੱਖੋ, ਜਿਹੜੇ ਜਿਹੜੇ ਇੱਥੇ ਰਹਿਣ ਵਾਲੇ ਜੇ, ਤੁਹਾਡੇ ਸਾਰੇ ਦੁੱਖਾਂ ਦਾ ਕਾਰਨ ਬਾਦਲ ਨਹੀਂ, ਕੈਪਟਨ ਨਹੀਂ, ਆਖੋ ਵਾਹਿਗੁਰੂ। ਗੁਰੂ ਕੇ ਸਿੱਖੋ, ਤੁਹਾਡੇ ਅਤੇ ਮੇਰੇ ਦੁੱਖਾਂ ਦਾ ਕਾਰਨ ਹੈ ਗੁਰਬਾਣੀ ਤੋਂ ਟੁੱਟ ਜਾਣਾ। ਤੁਸੀਂ ਫੜੋ ਪੱਲੇ, ਇਹਨੂੰ ਪੱਲੇ ਬੰਨੋ। ਤੁਹਾਡੇ ਅਤੇ ਮੇਰੇ ਦੁੱਖਾਂ ਦਾ ਕਾਰਨ ਬਣਿਆ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਏ ਹਾਂ। ਮੱਥਾ ਟੇਕਿਆ ਮਹੀਨੇ ਬਾਅਦ ਆਣ ਕੇ ਸੰਗਰਾਂਦ ਵਾਲੇ ਦਿਨ, ਕੌਲੀ ਆਟੇ ਦੀ ਚੜ੍ਹਾਈ, ਵਾਹਿਗੁਰੂ ਆਖਿਆ ਕੜਾ ਪ੍ਰਸ਼ਾਦ ਚਲੇ ਗਏ। ਇਸ ਤਰ੍ਹਾਂ ਗੱਲ ਨਹੀਂ ਬਣਦੀ। ਆਵ ਸਿੱਖ ਸਤਿਗੁਰੂ ਕੇ ਪਿਆਰਿਓ, ਬਾਣੀ ਤਾਂ ਗਾਵੋ, ਬਾਣੀਆਂ ਆਇਓ ਸੁਣਨ। ਤੇਰਾ ਤਾਂ ਜਨਮ ਵੀ ਬਾਣੀ ਸੁਣਨ ਨੂੰ ਅਤੇ ਬਾਣੀ ਪੜ੍ਹਨ ਨੂੰ ਹੋਇਆ ਸੀ, ਕਿੱਧਰ ਚੱਲ ਗਿਆ ਹੈ? ਰਾਤ ਦਿਨ ਰੋਨਾ, ਮੈਨੂੰ ਬਾਦਲ ਨੇ ਲੁੱਟ ਲਿਆ, ਰਾਤ ਦਿਨ ਰੋਨਾ, ਮੈਨੂੰ ਕੈਪਟਨ ਨੇ ਲੁੱਟ ਲਿਆ, ਫਲਾਣੇ ਨੇ ਲੁੱਟ ਲਿਆ। ਤੈਨੂੰ ਕਿਸੇ ਨੇ ਲੁੱਟਿਆ, ਤੂੰ ਖੁਦ ਲੁੱਟਿਆ ਗਿਆ ਹੈ, ਤੂੰ ਬਾਣੀ ਨਾਲੋਂ ਟੁੱਟ ਗਿਆ ਹੈ। ਜਿਹੜਾ ਫੁੱਲ ਟਾਹਣੀ ਨਾਲੋਂ ਟੁੱਟ ਜਾਏ, ਖੁਸ਼ਬੂ ਦਾ ਭਰਿਆ ਪੈਰਾਂ 'ਚ ਰੁਲ ਜਾਂਦਾ। ਸਿੱਖਾ ਤੂੰ ਵੀ ਵੇਖ, ਤੇਰਾ ਖੁਸ਼ਬੂ ਭਰਿਆ ਜੀਵਨ ਸੀ ਆ, ਤੇਰੇ ਵੱਡਿਆਂ ਦੀਆਂ ਕਹਾਣੀਆਂ ਗੁਰੂ ਕੇ ਸਿੱਖ ਕਰ ਰਹੇ ਸੀ, ਅੱਜ ਛੋਟਾ ਜਿਹਾ ਪਚੰਗੀ ਸੁਣਾ ਰਿਹਾ ਸੀ। ਸਾਡੀ ਖੁਸ਼ਬੂ ਭਰੀ ਜ਼ਿੰਦਗੀ, ਸਾਡੀ ਉੱਚੀ ਅਤੇ ਸੁੱਚੀ ਜ਼ਿੰਦਗੀ ਪੈਰਾਂ 'ਚ ਰੁਲ ਗਈ, ਅੱਜ ਨਸ਼ਿਆਂ ਚਿੱਟਿਆਂ ਦੇ ਵਿੱਚ ਰੁਲ ਗਈ। ਕਾਰਨ ਕੀ ਹੈ? ਕਾਰਨ ਹੈ ਬਾਣੀ ਤੋਂ ਟੁੱਟ ਗਏ। ਬਾਣੀ ਪੜ੍ਹਨ ਵਾਲੇ ਨੂੰ ਕਿਸੇ ਨਸ਼ੇ ਦੀ ਜ਼ਰੂਰਤ ਨਹੀਂ, ਬਾਣੀ ਪੜ੍ਹਨ ਵਾਲੇ ਨੂੰ ਨਾ ਸ਼ਰਾਬ ਦੀ ਜ਼ਰੂਰਤ ਹੈ, ਉਹਦਾ ਤਾਂ ਨਸ਼ਾ ਵੈਸੇ ਹੀ ਚੜ੍ਹਿਆ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿ ਪੀਓ 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 ਚੰਗੀ ਤਰ੍ਹਾਂ ਜੁੜ ਕੇ, ਧਿਆਨ ਨੂੰ ਇੱਕ ਜਗ੍ਹਾ ਟਿਕਾ ਕੇ। ਵਾਹਿਗੁਰੂ 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 ਵਾਹਿ ਜਿੰਦੇ ਰਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਤੁਹਾਡੇ ਅਤੇ ਮੇਰੇ ਕੋਲ ਇੱਕ ਪਿੰਡ ਆ, ਡੇਰਾ ਬਾਬਾ ਨਾਨਕ, ਜਿੱਥੇ ਲਾਂਘਾ ਖੁੱਲ੍ਹਿਆ, ਸੁਣਿਆ ਜੇ ਕਿ ਨਹੀਂ ਬੋਲੋ।
ਉਹ ਬਾਬੇ ਨਾਨਕ ਦੇ ਪੁੱਤਰੋ ਬੋਲੋ ਇੱਕ ਵਾਰ, ਡੇਰਾ ਬਾਬਾ ਨਾਨਕ ਦਾ ਪਿੰਡ ਸੁਣਿਆ? ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਉੱਥੋਂ ਕਰਤਾਰਪੁਰ ਨੂੰ ਲਾਂਘਾ ਖੁੱਲਿਆ ਉਸ ਜਗ੍ਹਾ ਦੇ ਉੱਤੇ। ਆਖੋ ਵਾਹਿਗੁਰੂ। ਉਸ ਡੇਰੇ ਬਾਬੇ ਨਾਨਕ ਦਾ ਇੱਕ 6.5 ਫੁੱਟ ਲੰਮਾ ਨੌਜਵਾਨ ਬੱਚਾ ਹੈ ਜਿਹਨੂੰ ਚਿੱਟਾ ਲੱਗ ਗਿਆ। ਯੂਟਿਊਬ 'ਤੇ ਪੜ੍ਹਿਓ, ਯੂਟਿਊਬ 'ਤੇ ਪਾਇਆ ਉਹਨੇ ਚਿੱਟੇ ਦਾ ਆਦੀ ਅੰਮ੍ਰਿਤਧਾਰੀ ਕਿਵੇਂ ਬਣਿਆ, ਪਾਇਓ ਫਿਰ ਸਾਰੀ ਸਟੋਰੀ ਅੱਗੇ ਆ ਜੂ। ਉਹ ਕਹਿੰਦਾ ਮੈਂ 1 ਸਾਲ ਦੇ ਵਿੱਚ 8 ਲੱਖ ਦਾ ਚਿੱਟਾ ਪੀ ਗਿਆ, 8 ਲੱਖ ਦਾ। ਮੇਰੇ ਡੰਗਰ ਵਿਕ ਗਏ, ਮੇਰੀ ਪੈਲੀ ਵਿਕ ਗਈ, ਮੇਰੀ ਸਾਰੀ ਪ੍ਰੋਪਰਟੀ ਵਿਕ ਗਈ। ਮੇਰੀ ਮਾਂ ਜਿਨ੍ਹਾਂ ਬੀਬੀਆਂ 'ਚ ਜਾ ਕੇ ਬਹਿੰਦੀ ਸੀ ਉਹ ਉੱਠ ਕੇ ਤੁਰ ਪੈਂਦੀਆਂ ਸੀ ਗੁਰਦੁਆਰਿਓਂ ਵੀ, ਇਹਦਾ ਪੁੱਤ ਸਮੈਕੀ ਇਹਦੇ ਕੋਲ ਨਾ ਬਿਓ, ਇਹ ਛੋਟਾ ਦੁੱਖ ਨਹੀਂ ਕਿਸੇ ਦੀ ਔਲਾਦ ਨਛੇੜੀ ਬਣ ਜਾਏ। ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ। ਮੇਰਾ ਪਿਓ ਜਿਸ ਪਰੇ 'ਚ ਬਹਿੰਦਾ ਸੀ ਲੋਕ ਉੱਠ ਕੇ ਤੁਰ ਪੈਂਦੇ ਸੀ ਵੀ ਇਹਦਾ ਪਿਓ ਪੁੱਤ ਨਛੇੜੀ ਹੈ। ਇੱਕ ਦਿਨ ਮੈਨੂੰ ਉਹਨਾਂ ਨੇ ਨਸ਼ੇ ਛਡਾਉਣ ਵਾਲੇ ਕੈਂਪ 'ਚ ਭਰਤੀ ਕਰਾ ਤਾ ਉਸ ਬੱਚੇ ਨੂੰ। ਆ ਯੂਟਿਊਬ 'ਤੇ ਕੱਢ ਕੇ ਸੁਣਿਓ ਉਹਦੀ ਦਰਦ ਕਹਾਣੀ, ਮੈਂ ਤਾਂ ਅੱਧੀ ਸੁਣਾ ਸਕੂੰਗਾ, ਪੂਰੀ ਸੁਣਿਓ। ਉਹਨੂੰ ਸੈਂਟਰ ਵਿੱਚ ਭਰਤੀ ਕਰਾ ਤਾ, ਆਉਂਦਾ ਮੈਂ ਇੱਕ ਰਾਤ ਉੱਠ ਕੇ ਵਾਸ਼ਰੂਮ ਚੱਲਿਆ ਸਾਂ, ਗੋਡਿਆਂ ਭਾਰ ਰਿੜ ਕੇ, ਮੇਰੇ ਕੋਲੋਂ ਉੱਠਿਆ ਨਹੀਂ ਸੀ ਜਾਂਦਾ, ਮੇਰੇ 'ਚ ਹਿੰਮਤ ਨਹੀਂ ਸੀ ਨਸ਼ਾ ਕਰ ਕਰਕੇ। ਆਖੋ ਵਾਹਿਗੁਰੂ। ਕਹਿੰਦਾ ਜਦੋਂ ਮੈਂ ਵਾਸ਼ਰੂਮ ਨੂੰ ਰਿੜ ਕੇ ਜਾ ਰਿਹਾ ਸਾਂ ਨਾ, ਰਿੜ ਕੇ, ਅਤੇ ਅੱਗੇ ਮੈਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਪਈ। ਸੁਣਿਓ ਹੁਣ ਗੁਰੂ ਕੇ ਸਿੱਖੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਪਈ ਅਤੇ ਮੈਂ ਉਹਦੇ ਚਰਨਾਂ ਉੱਤੇ ਆਪਣਾ ਮਸਤਕ ਰੱਖਤਾ। ਰਿੜਦੇ ਰਿੜਦੇ ਨੇ ਅਤੇ ਰੋ ਰੋ ਕੇ ਆਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰੇ ਮੂੰਹ ਦੇ ਉੱਤੇ ਕੇਸ ਨੇ, ਸਿਰ ਦੇ ਉੱਤੇ ਕੇਸ ਨੇ, ਮਗਰ ਮੈਂ ਫਸ ਗਿਆ। ਤੂੰ ਕੱਢਣ ਹਾਰ ਹੈ, ਟੁੱਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਸਗਲ ਕੀ ਚਿੰਤਾ ਤਿਸ ਦੇ ਬਿਰਥਾ। ਮੈਨੂੰ ਪਤਾ ਹੈ ਵੀ ਤੂੰ ਸਾਰਿਆਂ ਦੀ ਚਿੰਤਾ ਕਰਨ ਵਾਲਾ ਹੈ ਅਤੇ ਮੈਂ ਫਸ ਗਿਆ। ਮੇਰੇ ਵੱਸ ਦਾ ਰੋਗ ਨਹੀਂ, ਜਿੰਨਾ ਚਿਰ ਮੈਂ ਡੋਜ ਨਹੀਂ ਲੈਂਦਾ ਮੈਨੂੰ ਮਰਨ ਤੱਕ ਮੇਰੀ ਹਾਲਤ ਹੋ ਜਾਂਦੀ, ਤੂੰ ਮੈਨੂੰ ਬਚਾ। ਕਹਿੰਦਾ ਮੈਂ ਰਿੜ ਕੇ ਗਿਆ, ਵੇਖੋ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਯੂਟਿਊਬ 'ਤੇ, ਤੁਸੀਂ ਸੁਣਿਓ। ਜਦੋਂ ਮੈਂ ਰਿੜ ਕੇ ਫੋਟੋ ਨੂੰ ਮੱਥਾ ਟੇਕ ਕੇ ਉੱਥੇ ਪੈਰ 'ਤੇ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ 'ਤੇ ਵਾਸ਼ਰੂਮ ਕਰਕੇ ਆਇਆ ਅਤੇ ਆਉਂਦਿਆਂ ਨੂੰ ਉੱਥੇ ਜਪਜੀ ਸਾਹਿਬ ਦਾ ਗੁਟਕਾ ਪਿਆ। ਹੁਣ ਦੱਸੋ ਗੁਰੂ ਕੇ ਸਿੱਖੋ, ਗੁਰੂ ਕਿੱਥੇ ਗਿਆ ਹੈ? ਆਂਦਾ ਮੈਂ ਕਦੀ ਜਪਜੀ ਸਾਹਿਬ ਪੜ੍ਹਿਆ ਨਹੀਂ ਸੀ, ਮਗਰ ਪੰਜਾਬੀ ਪੜ੍ਹਿਆ ਸਾਂ, ਆਖਰ ਜੋੜ ਕੇ ਅੱਖਰ ਜੋੜ ਜੋੜ ਕੇ ਮੈਂ ਜਪਜੀ ਸਾਹਿਬ ਪੜ੍ਹਿਆ। ਜਿੱਦਣ ਮੈਂ ਜਪਜੀ ਸਾਹਿਬ ਪੜ੍ਹਿਆ ਨਾ ਤਾਂ ਮੈਨੂੰ ਤੋਟ ਨਹੀਂ ਲੱਗੀ ਨਸ਼ੇ ਦੀ, ਇਹ ਛੋਟੀ ਕਰਾਮਾਤ ਨਹੀਂ। ਇਤਰਾ ਮੂੰਹ ਅੱਡੇ ਨੇ ਅੱਜ ਨਸ਼ਿਆਂ ਨੇ ਤੁਹਾਡੇ ਬੱਚਿਆਂ ਲਈ, ਅਤੇ ਜਿਸ ਬੱਚੇ ਨੂੰ ਸੱਚੀ ਮੁੱਚੀ ਵੇਖਾਂ ਨਾ, ਇੱਕ ਵਾਰ ਮੇਰਾ ਦਿਲ ਕਰਦਾ ਇਹਦੀਆਂ ਅੱਖਾਂ ਵੇਖ, ਮੂੰਹ ਨਾ ਵੇਖ, ਪਤਾ ਲੱਗ ਗਿਆ ਜੀ, ਇੱਕ ਵਾਰ ਇਹਦੀਆਂ ਅੱਖਾਂ ਦੱਸਣਗੀਆਂ। ਸਰੀਰ 'ਤੇ ਰੁਸ਼ਟ ਪੁਸ਼ਟ ਆ, ਜ਼ਿਮੀਂਦਾਰਾਂ ਦੇ ਮੁੰਡੇ ਨੇ, ਆਖੋ ਵਾਹਿਗੁਰੂ, ਚੰਗਾ ਖਾਂਦੇ ਚੰਗਾ ਪੀਂਦੇ ਆ, ਮਗਰ ਅੱਖਾਂ ਜਿਹੜੀਆਂ ਤਾਂ ਚੜੀਆਂ ਨੇ, ਤੜੀਆਂ ਨੇ, ਸਮਝ ਲਓ ਕਿਤੇ ਨਾ ਕਿਤੇ ਨਸ਼ਾ ਕੀਤਾ। ਆਂਦਾ ਮੈਂ ਪਹਿਲੇ ਦਿਨ ਜਪਜੀਤ ਸਾਹਿਬ ਸ੍ਰੀ ਪੜ੍ਹਿਆ, ਭਾਵੇਂ ਜਿਸ ਤਰ੍ਹਾਂ ਦੀ ਮੈਂ ਸੰਥਿਆ ਨਹੀਂ ਸੀ ਲਈ, ਮੈਨੂੰ ਇੰਨਾ ਗਰੀਬ ਨਿਵਾਜ ਨੇ ਨਿਵਾਜਿਆ, ਮੈਨੂੰ ਤੋਟ ਘੱਟ ਲੱਗੀ। ਉਹ ਮੈਨੂੰ ਜਿਹੜੀ ਡੋਜ਼ ਦਵਾਈ ਦੀ ਦੇਣ ਲਾਏ, ਮੈਂ ਆਖਿਆ ਵੀ ਮੈਨੂੰ ਦਵਾਈ ਨਹੀਂ ਚਾਹੀਦੀ।
ਇੱਕ ਦਿਨ ਹੋਰ, ਦੋ ਦਿਨ ਹੋਰ, ਰੰਗ ਲੱਗਦਿਆਂ 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 ਗਰੀਬ ਨਿਵਾਜ ਨੇ ਮੈਨੂੰ ਦਵਾਈ ਤੋਂ ਰਹਿਤ ਕਰਤਾ। ਜਿਹੜਾ 800,000 ਦਾ ਚਿੱਟਾ ਪੀ ਗਿਆ ਇੱਕ ਸਾਲ 'ਚ, ਕਿੰਨਾ ਪੀਂਦਾ ਉਹ? ਜਦੋਂ ਦੂਸਰੀ ਵਾਰ ਤੀਸਰੇ ਦਿਨ ਉਹ ਮੇਰੀ ਸ਼ੇਪ ਕਰਨ ਆਏ, ਉੱਥੇ ਸੈਂਟਰ ਵਿੱਚ ਸ਼ੇਪ ਕਰਦੇ, ਸ਼ੇਪ ਕਰਨ ਆਏ ਤਾਂ ਮੈਂ ਉਹਨਾਂ ਨੂੰ ਹੱਥ ਜੋੜੇ ਵੀ ਮੈਂ ਸ਼ੇਪ ਨਹੀਂ ਕਰਾਉਣੀ, ਮੈਂ ਹੁਣ ਗੁਰੂ ਕਾ ਸਿੱਖ ਸੱਜਣਾ ਹੈ, ਮੈਂ ਗੁਰੂ ਕਾ ਸਿੱਖ ਸੱਜਣਾ ਹੈ। ਜਿਹਦੇ ਪੁਰਬ ਮਨਾ ਰਹੇ ਹੋ ਨਾ ਸਾਹਿਬਜ਼ਾਦਿਆਂ ਦੇ, ਇਹ ਉਹਨਾਂ ਦੀ ਆਉਣ ਵਾਲੀ ਨਸਲ ਦੀ ਕਹਾਣੀ ਆ ਵੀ ਕਿੱਥੇ ਨੀਹਾਂ 'ਚ, ਕਿੱਥੇ ਚਮਕੌਰ ਦੀ ਗੜੀ, ਅਤੇ ਕਿੱਥੇ ਅੱਜ ਮੇਰਾ ਬੱਚਾ ਸਿੱਖ ਭਰਾ, ਮੇਰਾ ਬੱਚਾ ਹੀ, ਮੇਰਾ ਹੀ ਬੱਚਾ ਹੈ, ਰੁਲ ਰਿਹਾ ਹੈ। ਕਹਾਣੀ ਕੀ ਹੈ? ਬਾਣੀ ਤੋਂ ਟੁੱਟ ਜਾਣਾ। ਅੱਜ ਮਹਿਸੂਸ ਕਰ ਲਓਗੇ, ਜਿਹੜਾ ਜਿਹੜਾ ਨਹੀਂ ਪੜ੍ਹਦਾ ਮੇਰੀ ਹੱਥ ਜੋੜ ਕੇ ਪੈਂਦੀ ਆ, ਇਕੱਲਾ ਜਪਜੀਤ ਸਾਹਿਬ ਪੜ੍ਹਨ ਲੱਗ ਪਿਓ, ਆਪੇ ਹੀ ਬਾਂਹ ਫੜ ਲਓ, ਆਖੋ ਹੇ ਗੁਰੂ। ਤੁਸੀਂ ਵੇਖਿਆ ਕਦੀ ਲੋਹੇ ਨੂੰ ਅਤੇ ਮੈਗਨੇਟ ਨੂੰ ਲਾਗੇ ਲਾਗੇ ਰੱਖੀਏ, ਪਤਾ ਲੱਗਿਆ ਜੀ? ਅਤੇ ਮੈਗਨੇਟ ਲੋਹੇ ਨੂੰ ਆਪਣੇ ਵੱਲ ਨੂੰ, ਬੜੀ ਮੈਗਨੇਟ ਆ ਬਾਣੀ 'ਚ ਵੀ। ਤੁਸੀਂ ਇਸ ਲੋਹੇ ਨੂੰ ਲਾਗੇ ਲਿਆਓ, ਖਿੱਚੇ ਨੇ ਆਪੇ ਹੀ ਲੈਣਾ ਹੈ। ਇੱਕ ਵਾਰ ਲਾਗੇ ਲਿਆਓ, ਥੋੜ੍ਹਾ ਜਿਹਾ ਬਾਣੀ ਦੇ ਲਾਗੇ ਆਓ। ਉਹ ਬੱਚਾ ਕਹਿੰਦਾ ਵੀ ਮੈਂ ਛੇਪ ਨਹੀਂ ਕਰਾਉਣੀ। ਦੋ ਤਿੰਨ ਬੱਚਿਆਂ ਨੂੰ ਮੈਂ ਹੋਰ ਬਾਣੀ ਪੜ੍ਹਨ ਲਾ ਲਿਆ। ਕੁਝ ਦਿਨਾਂ ਬਾਅਦ ਮੇਰੇ ਭੈਣ ਭਰਾ, ਮੇਰੇ ਸੱਜਣ ਮਿੱਤਰ, ਚਾਚੇ ਤਾਏ ਮੈਨੂੰ ਮਿਲਣ ਆਏ, ਅਤੇ ਮੈਂ ਕਿਹਾ ਮੈਨੂੰ ਇਸ ਸੈਂਟਰ 'ਚੋਂ ਲੈ ਜਾਓ, ਮੈਨੂੰ ਹੁਣ ਕੋਈ ਨਸ਼ਾ ਨਹੀਂ। ਕਹਿੰਦਾ ਭਰੋਸਾ ਨਹੀਂ ਸੀ ਕਰਦੇ, ਫਿਰ ਵੀ ਉਹਨਾਂ ਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਆਖਿਆ ਮੈਂ ਜਪਜੀਤ ਸਾਹਿਬ ਪੜ੍ਹਨ ਲੱਗ ਪਿਆ ਅਤੇ ਮੈਨੂੰ ਹੁਣ ਨਸ਼ੇ ਦੀ ਕੋਈ ਲੱਤ ਨਹੀਂ, ਮੈਂ ਨਹੀਂ ਨਸ਼ਾ ਕਰਨਾ। ਹੁਣ ਐਡਾ ਖੁੱਲ੍ਹਾ ਦਾੜਾ, ਐਡਾ ਮੂੰਹ ਆ, ਇੱਥੇ ਮੈਨੂੰ ਉਹੋ ਜਿਹਾ ਕੋਈ ਬੱਚਾ ਨਹੀਂ ਦਿਸ ਰਿਹਾ। ਐਡਾ ਸ਼ੇਰ ਵਰਗਾ ਚਿਹਰਾ, ਗੋਲ ਦਮਾਲਾ ਬੱਧਾ, ਉੱਤੋਂ ਦੀ ਕਿਰਪਾਨ ਪਾਈ, ਪੀਲਾ ਰੰਗ ਦਾ ਦਮਾਲਾ ਇਸ ਤਰ੍ਹਾਂ ਗਲ ਦੇ ਵਿੱਚ ਪਾਇਆ ਉਹਨੇ। ਮੈਨੂੰ ਮਿਲ ਕੇ ਗਿਆ ਡੇਰਾ ਬਾਬਾ ਨਾਨਕ। ਕਹਿੰਦਾ ਇੱਕ ਦਿਨ ਮੈਂ ਕਥਾ ਸੁਣਦਾ ਸਾਂ, ਅਤੇ ਕਥਾ ਸੁਣਦਿਆਂ ਸੁਣਦਿਆਂ ਵੀ ਮੈਂ ਨਸ਼ਾ ਪਹਿਲੋਂ ਕਰਦਾ ਸਾਂ, ਮਗਰ ਜਪਜੀ ਸਾਹਿਬ ਦੇ ਪਾਠ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਮੈਨੂੰ ਕਿਸੇ ਨਸ਼ੇ ਦੀ ਜ਼ਰੂਰਤ ਨਹੀਂ। ਇੰਨੀ ਜ਼ਰੂਰੀ ਹੈ ਤੁਹਾਡੇ ਲਈ ਅਤੇ ਮੇਰੇ ਲਈ ਬਾਣੀ ਪੜ੍ਹਨੀ, ਬਾਣੀ ਨਾਲ ਜੁੜਨਾ, ਜਿਸ ਗੱਲ ਤੋਂ ਆਪਾਂ ਟੁੱਟ ਗਏ। ਮੈਂ ਇੱਕ ਵਚਨ ਕੀਤਾ ਸੀ, ਜਿਹੜਾ ਗੁਲਾਬ ਦਾ ਫੁੱਲ ਜਾਂ ਗੁੱਟੇ ਦਾ ਫੁੱਲ ਡਾਣੀ ਨਾਲੋਂ ਟੁੱਟ ਜਾਏ, ਹੁੰਦਾ ਖੁਸ਼ਬੋ ਦਾ ਭਰਿਆ ਹੈ, ਮਗਰ ਉਹ ਖੁਸ਼ਬੋ ਭਰੇ ਫੁੱਲ ਨੂੰ ਲੋਕ ਪੈਰਾਂ ਦੇ ਵਿੱਚ ਰੋਂਦ ਦਿੰਦੇ। ਸਾਡੀ ਵੀ ਅੱਜ ਇਹ ਹਾਲਤ ਹੋਈ ਆ, ਸਾਡੀ ਡਾਲੀ ਕੀ ਸੀ? ਜਿੱਥੋਂ ਸਾਨੂੰ ਖਿਡਾਓ ਮਿਲਦਾ ਸੀ, ਜਿੱਥੋਂ ਸਾਨੂੰ ਖੇੜਾ ਮਿਲਦਾ ਸੀ, ਉਹ ਸੀ ਬਾਣੀ। ਭੈਣੋ, ਕੋਈ ਥੋੜ੍ਹਾ ਬਹੁਤਾ ਸੁਰਤ ਵਿੱਚ ਬਾਹਰ ਤਾਂ ਨਹੀਂ ਚਲੇ ਗਈਆਂ? ਦੱਸੋ ਨਾ, ਮੇਰੀਆਂ ਧੀਆਂ ਬੈਠੀਆਂ ਜੇ ਇੱਥੇ ਬੈਠੀਆਂ ਬੈਠੀਆਂ ਸੁਰਤ ਕਰਕੇ ਕਿਤੇ ਬਾਹਰ ਤਾਂ ਨਹੀਂ ਭੱਜ ਗਈਆਂ? ਜੇ ਸੁਣ ਰਹੀਆਂ ਜੇ, ਅਤੇ ਜਿਹੜੀ ਜਿਹੜੀ ਮੇਰੀ ਧੀ ਬਾਣੀ ਨਹੀਂ ਪੜ੍ਹਦੀ, ਭਾਵੇਂ 5 ਪੌੜੀਆਂ ਤੋਂ ਸ਼ੁਰੂ ਕਰ ਦਿਓ। ਕੀ ਕਿਹਾ? ਬੋਲੋ ਵੀ, 5 ਪੌੜੀਆਂ ਵੀ ਸ਼ੁਰੂ ਕਰ ਦਿਓ, 5 ਪੌੜੀਆਂ ਤੋਂ ਸ਼ੁਰੂ ਕਰ ਦਿਓ, ਬਾਂਹ ਇੰਨੇ ਆਪੇ ਫੜ ਲੈਣੀ, ਮੈਗਨੇਟ ਇਹਦੇ ਵਿੱਚ ਬਹੁਤ ਆ। ਜਿੱਦਣ ਤੁਸੀਂ ਬਾਣੀ ਪੜ੍ਹਨ ਲੱਗ ਪਓਗੇ, ਗੁਰੂ ਕਿਉਂ ਸਿੱਖੋ, ਇਸ ਧਰਤੀ ਪੰਜਾਬ ਦੀ ਨੇ ਫਿਰ ਹਰੀ ਭਰੀ ਹੋਣਾ, ਉਜਾੜ 'ਤੇ ਇਹਨੂੰ ਕੋਈ ਸਕਦਾ ਨਹੀਂ। ਦੁਪਹਿਰ ਦੇ ਦੀਵਾਨ 'ਚ ਵੀ ਮੈਂ ਮੋਰਾਂ ਵਾਰੀ ਕਹਿ ਕੇ ਆਇਆ, ਇਹ ਬਾਬੇ ਨਾਨਕ ਦਾ ਲਾਇਆ ਬਾਗ ਆ, ਇਹਨੇ ਉੱਜੜਨਾ ਨਹੀਂ। ਇਹ ਗੱਲ ਨੋਟ ਕਰਿਓ, ਆਖੋ ਵਾਹਿਗੁਰੂ, ਇਹਨੇ ਉੱਜੜਨਾ ਨਹੀਂ। ਇਹਦੀ ਜੜ ਬੜੀ ਡੂੰਘੀ ਅਤੇ ਸੱਚੀ ਆ। ਕਿੰਨੇ ਕੀੜੇ ਟੁੱਕਣ 'ਤੇ ਆਉਣਗੇ, ਇਸ ਜੜ ਨੂੰ ਟੁੱਕ ਨਹੀਂ ਕੋ ਸਕਦਾ, ਕਿਉਂਕਿ ਸੱਚ ਆ। ਸਾਡੀ ਬੇਸਮੈਂਟ, ਸਾਡੀ ਨੀਂਹ ਕੀ ਆ? ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ,
ਨਾਨਕ ਸੱਚ ਸਾਡਾ ਬੇਸ ਆ, ਅਸੀਂ ਨਹੀਂ ਮਰ ਸਕਦੇ ਮਗਰ ਸੱਚ ਨਾਲ ਜੁੜਾਂਗੇ ਅਤੇ ਬਚਾਂਗੇ। ਇਹ ਵੀ ਨੋਟ ਕਰਿਓ, ਜਿਹੜੇ ਸੱਚ ਨਾਲੋਂ ਟੁੱਟ ਕੇ ਕਬਰਾਂ 'ਤੇ ਚਲੇ ਗਏ ਨੇ, ਆਖੋ ਵਾਹਿਗੁਰੂ, ਸੱਚ ਨਾਲੋਂ ਟੁੱਟ ਕੇ ਕਬਰਾਂ 'ਤੇ ਚਲੇ ਗਏ ਨੇ, ਧਾਗਿਆਂ 'ਤੇ ਚਲੇ ਗਏ, ਤਵੀਤਾਂ 'ਤੇ ਚਲੇ ਗਏ, ਬਾਬਿਆਂ ਦੇ ਡੇਰਿਆਂ 'ਤੇ ਤੁਰੇ ਫਿਰਦੇ ਨੇ, ਉਹਨਾਂ 'ਤੇ ਭਾਈ ਮਰਨਾ ਹੈ। ਤੁਸੀਂ ਦ੍ਰਿੜਤਾ ਦੇ ਨਾਲ ਇੱਕ ਬਚਨ ਮੇਰੇ ਸਤਿਗੁਰੂ ਨੂੰ ਕਹਿ ਦਿਓ, ਸਗਲ ਦੁਆਰ ਕੋ ਛੱਡ ਕੇ ਗਏ ਨਹੀਂ ਜੀ, ਗਹਿਓ ਗਹਿਓ ਦਾ ਆਉਂਦਾ ਪਕੜਨਾ, ਇੱਕ ਪਾਸੇ ਮੈਂ ਸਾਰੇ ਦੁਆਰੇ ਛੱਡ ਤੇ, ਤੇਰਾ ਦੁਆਰਾ ਫੜ ਲਿਆ, ਇੰਨਾ ਕੁ ਕਹਿ ਦਿਓ ਇਹਨੂੰ। ਫਿਰ ਅੱਗੇ ਲਿਖਿਆ ਬਾਏ ਗਹੇ ਕੀ, ਇਹ ਬਾਂਹ ਫੜੀ ਦੀ ਲਾਜ ਬੜੀ ਰੱਖਦਾ, ਕਿਤੇ ਇੱਕ ਵਾਰ ਫੜਾ ਕੇ ਤੇ ਵੇਖੋ। ਆਹ ਜਿਹੜਾ ਅੱਜ ਦਾ ਸ਼ਹੀਦੀ ਦਿਹਾੜਾ ਹੈ, ਇਹ ਸ਼ੁਰੂਆਤ ਕਿੱਥੋਂ ਹੋਈ? ਬਾਂਹ ਫੜਨ ਤੋਂ, ਪਤਾ ਜੇ ਕਿ ਨਹੀਂ ਨਹੀਂ ਕਿੱਦਣ? ਹਾਂ, ਕਸ਼ਮੀਰ ਤੋਂ ਆਏ ਅਤੇ ਕਸ਼ਮੀਰੀ ਪੰਡਤਾਂ ਦੀ ਬਾਂਹ ਫੜ ਲਈ। ਕਿੰਨੇ ਸਾਲ ਦੇ ਨੇ? ਤੇਰੀ ਕਿੰਨੀ ਹੈ? ਐਡਾ ਕੁ ਸੀ, ਕਿੱਡਾ ਕਿਆ ਦੱਸੋ ਹੁਣ ਗੁਰੂ ਕਿਸੇ ਕੋਲ, ਕਿੱਡਾ ਕੁ ਵੱਡਾ ਹੈ? ਜਿਹਦੀ ਬਾਂਹ ਫੜ ਲਈ ਅਤੇ ਆਵਾਜ਼ ਆਈ, ਇਸ ਬਾਂਹ ਫੜੀ ਦੀ ਕੀਮਤ ਜਾਣਦਾ ਹੈ, ਆਵਾਜ਼ ਆਈ ਕੁਦਰਤ ਵੱਲੋਂ ਦਰਗਾਹੀ ਆਵਾਜ਼ ਆਈ, ਇਹਨਾਂ ਦੁਖੀਆਂ ਦੀ ਬਾਂਹ ਫੜੀ ਦੀ ਕੀਮਤ ਜਾਣਦਾ ਹੈ। ਅਤੇ ਅੰਦਰੋਂ ਬਾਬਾ ਬੋਲਿਆ, 10 ਸਾਲ ਦਾ ਕੀ ਕੀਮਤ ਆ? ਕਹਿੰਦੇ ਪਿਓ ਦਾ ਸਿਰ ਨਹੀਂ ਪਤਾ ਲੱਗਾ, ਪਿਓ ਦਾ ਦਏਗਾ? ਅਤੇ ਉਹਨੇ ਕਿਹਾ ਹੁਣ ਤਾਂ ਬਾਂਹ ਫੜ ਲਈ, ਹੁਣ ਤਾਂ ਬਾਪ ਦਾ ਸਿਰ ਵੀ ਦਊਂ, ਪੁੱਤਾਂ ਦਾ ਸਿਰ ਦਏਗਾ? ਪਤਾ ਲੱਗ ਰਿਹਾ ਜੀ, ਬਾਪ ਤੋਂ ਬਾਅਦ ਖੁੱਲ੍ਹ ਕੇ ਬੋਲੋ। ਤੁਸੀਂ ਬੀਬੀਆਂ ਨਾ ਸਮਝਿਆ ਕਰੋ ਆਪਣੇ ਆਪ ਨੂੰ, ਤੁਸੀਂ ਬੀਬੀਆਂ ਨਹੀਂ। ਜੇ ਬੀਬੀਆਂ ਹੁੰਦੀਆਂ ਤਾਂ ਤੁਹਾਡੇ ਸਿਰ 'ਚ ਕੰਘੀ ਹੁੰਦੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੇ ਸਿਰਾਂ 'ਚ ਕੰਘੇ ਰੱਖੇ। ਅਗਨੀ ਬੋਲੋ ਨਾ, ਅੰਮ੍ਰਿਤਧਾਰੀਆਂ 'ਤੇ ਬੋਲੋ, ਕੀ ਰੱਖੇ ਨੇ? ਕੰਘੀਆਂ ਕਿ ਕੰਘੇ? ਤੁਹਾਡੇ ਹੱਥ 'ਚ ਚੂੜੀ ਪਵਾਈ ਗੁਰੂ ਨੇ ਲੋਹੇ ਦੀ, ਜੇ ਕੜਾ ਪਵਾਇਆ ਤਾਂ ਤੁਹਾਨੂੰ ਨਾਰੀ ਤੋਂ ਮਰਦ ਬਣਾਇਆ। ਤੁਸੀਂ ਬੋਲਿਆ ਕਰੋ, ਡਰਿਆ ਨਾ ਕਰੋ ਵੀ ਅਸੀਂ ਤੇ ਜੀ ਬੀਬੀਆਂ। ਤੁਸੀਂ ਕੋਈ ਬੀਬੀਆਂ ਨਹੀਂ, ਤੁਸੀਂ ਮਰਦ ਦੀਆਂ ਧੀਆਂ। ਜੇ ਤੁਹਾਡਾ ਮਨਜੀਤ ਕੌਰ ਨਾਮ ਆ ਅਤੇ ਨਾਲ ਲਿਖਿਆ ਮਨਜੀਤ ਕੌਰ ਖਾਲਸਾ, ਖਾਲਸੀ ਨਹੀਂ, ਨਹੀਂ ਪਤਾ ਲੱਗਾ ਜੀ ਕੀ, ਖੁੱਲ੍ਹ ਕੇ ਬੋਲੋ, ਖਾਲਸਾ ਕਿਉਂ ਲਿਖਿਆ? ਮੈਂ ਤੁਹਾਨੂੰ ਔਰਤ ਨਹੀਂ ਰਹਿਣ ਤਾ, ਮੈਂ ਤੁਹਾਡੇ ਸਾਹਮਣੇ ਬੀਬੀ ਭਾਗ ਕੌਰ ਕੋਲੋਂ ਦੁਸ਼ਮਣਾਂ ਦੇ ਛੱਕੇ ਛਡਾਉਂਦੇ ਵਿਖਾਇਆ ਤੁਹਾਨੂੰ। ਮੈਂ ਬੀਬੀ ਦੀਪ ਕੌਰ ਨੂੰ ਮੈਦਾਨ 'ਚ ਜੂਝ ਕੇ 5 ਪਠਾਣਾਂ ਦੇ ਸਿਰ ਲਾਉਂਦੇ ਵੇਖਵਾਇਆ। ਤੁਸੀਂ ਹੁਣ ਬੀਬੀਆਂ ਨਹੀਂ, ਤੁਸੀਂ ਮਰਦ ਹੋ, ਮਗਰ ਤੁਸੀਂ ਬੋਲਦੀਆਂ ਇਸ ਤਰ੍ਹਾਂ ਜੇ ਕੋਈ ਤੁਸੀਂ ਵੀ, ਅਤੇ ਜੇ ਕਿਤੇ ਤੁਸੀਂ ਕਿਸੇ ਵਿਆਹ 'ਚ ਗਿੱਧਾ ਪਾਉਣਾ ਹੋਵੇ, ਬੋਲੀਆਂ ਪਾਉਣੀਆਂ ਹੋਣ, ਹੱਸਣ ਦਾ ਵਿਸ਼ਾ ਨਹੀਂ, ਉੱਥੇ ਤੁਹਾਡੇ ਪੈਰਾਂ ਤੋਂ ਸਿਰ ਤੱਕ ਮੁੜਕਾ ਵੀ ਵਗਦਾ ਹੈ ਅਤੇ ਤੁਸੀਂ ਗਿੱਧਾ ਵੀ ਪਾਉਂਦੀਆਂ, ਉੱਥੇ ਭੰਗੜਾ ਵੀ ਪਾਉਂਦੀਆਂ, ਜਿੱਥੇ ਬੋਲੀਆਂ ਵੀ ਪਾਉਂਦੀਆਂ, ਜਿੱਥੇ ਬੋਲੀਆਂ ਵੀ ਉਹ ਪਾਉਂਦੀਆਂ ਜਿਹੜੀਆਂ ਨੇ ਨਰਕ ਨੂੰ ਲੈ ਕੇ ਜਾਣਾ ਹੈ। ਆਹ ਜਿਹੜੀਆਂ ਬਾਣੀ ਦੀ ਗੱਲਾਂ ਨੇ, ਇਹਨਾਂ ਨੇ ਤੁਹਾਨੂੰ ਸਿੱਧਾ ਗੁਰੂ ਚਰਨਾਂ ਨਾਲ ਜੋੜਨਾ ਹੈ, ਮਗਰ ਇੱਥੇ ਬੋਲਣ ਲੱਗੀਆਂ ਤੁਸੀਂ ਬੜਾ ਝੱਕਦੀਆਂ ਜੇ, ਆਖੋ ਵਾਹਿਗੁਰੂ, ਤਗੜੀਆਂ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਜੇ। ਤੁਹਾਡੇ ਪਿਓ ਦਾ ਨਾਮ ਵੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਮਾਤਾ ਸਾਹਿਬ ਕੌਰ ਅਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ, ਉਹ ਤਗੜੇ ਹੋ ਕੇ ਰਿਹਾ ਕਰੋ। ਬਾਂਹ ਫੜੀ ਦੀ ਕੀਮਤ ਜਾਣਦਾ ਹੈ? 10 ਸਾਲ ਦਾ ਕਹਿਣ ਲੱਗਾ ਹਾਂ ਜਾਣਦਾ, ਦੇ ਦੂੰਗਾ ਪਿਓ ਵੀ।
ਮਾਮੀ ਦੇ ਦੇਗਾ, ਮਾਮੀ ਦੇ ਦੂੰ, ਆਖੋ ਵਾਹਿਗੁਰੂ। ਮਗਰ ਮੈਂ ਜਿਹਦੀ ਬਾਂਹ ਫੜੀ ਧਰ ਪਿਆ, ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ। ਇੱਕ ਦਿਨ ਆਊਗਾ ਸਾਰਾ ਸਰਬੰਸ ਵਾਰ ਦੂੰਗਾ, ਆਪਣਾ ਘਰ ਲਟਾ ਦੂੰਗਾ, ਮਗਰ ਮੇਰੀ ਜੀ ਦੀ ਬਾਂਹ ਫੜੀ। ਬਾਏ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇੱਧਰੋਂ ਉੱਧਰੋਂ ਹਟ ਕੇ ਗੁਰਬਾਣੀ ਦੇ ਲੜ ਲੱਗਣਾ ਹੈ। ਬਾਪੂ ਨੇ ਬਾਂਹ ਫੜ ਕੇ ਇੱਕ ਐਲਾਨ ਕੀਤਾ, ਇਹ ਹੁਣ ਜੇਤੇ ਸ਼ਰਨ ਐ ਹੈ। ਬੋਲੋ ਹੌਲੀ ਬੋਲਦੇ ਹੋ, ਜੇਤੇ ਇਹਦਾ ਮਤਲਬ ਹੈ ਜਿੰਨੇ ਸ਼ਰਨ 'ਚ ਆ ਜਾਣਗੇ। ਤੇਤੇ ਰਾਖ ਲੈ ਹੈ, ਤੇਤੇ ਜਿਹੜੇ ਜਿਹੜੇ ਗੁਰੂ ਸ਼ਰਨ ਵਿੱਚ ਆਉਣਗੇ ਉਹਨਾਂ ਨੂੰ ਰੱਖ ਲੂ, ਜਿਹੜੇ ਜਿਹੜੇ ਬਾਂਹ ਫੜਨਗੇ ਉਹਨਾਂ ਦੀ ਇੱਜ਼ਤ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦਾ ਦਰਬਾਰ ਉਹਨਾਂ ਦੀ ਇੱਜ਼ਤ ਰੱਖੂ, ਮਗਰ ਜੇ ਤੁਸੀਂ 5000 ਜਗ੍ਹਾ 'ਤੇ ਮੱਥੇ ਟੇਕਦੇ ਹੋ ਫਿਰ ਨਹੀਂ। ਬਾਬਾ ਬੁੱਲਾ ਕਹਿੰਦਾ, ਬੁੱਲਿਆ ਜਿਹੜਾ ਕੁੱਤਾ ਹੈ ਨਾ, ਕੁੱਤਾ ਸੁਣਿਓ ਜੀ ਪੇਂਡੂ ਆ ਆਪਾਂ ਮੋਟੀਆਂ ਮੋਟੀਆਂ ਗੱਲਾਂ, ਜਿਹੜਾ ਕੁੱਤਾ ਹੈ ਨਾ, ਇੱਕ ਕੁੱਤਾ ਹੁੰਦਾ ਜਿਹਨੂੰ ਕੋਈ ਰੱਖ ਲੈਂਦਾ ਅਤੇ ਉਹਦੇ ਬੂਹੇ ਅੱਗੇ ਬਹਿ ਜਾਂਦਾ, ਮੀਂਹ ਜਾਵੇ, ਹਨੇਰੀ ਜਾਵੇ, ਠੰਡ ਹੋਵੇ, ਠੰਡ ਹੋਵੇ, ਧੁੱਪ ਹੋਵੇ, ਉੱਥੇ ਬੈਠਾ ਰਹਿੰਦਾ, ਉਹ ਮਾਲਕ ਦਾ ਦਰ ਕਦੇ ਨਹੀਂ ਛੱਡਦਾ। ਇੱਕ ਕੁੱਤਾ ਹੁੰਦਾ ਜਿਹੜਾ ਘਰ ਤੋਂ ਘਰ ਤੁਰਿਆ ਫਿਰਦਾ ਹੈ, ਆਖੋ ਵਾਹਿਗੁਰੂ। ਬੁੱਲਿਆ ਜੇ ਕੁੱਤੇ ਵਰਗਾ ਵੀ ਹੋ ਜਾਏ ਨਾ, ਕੁੱਤਾ ਦਰ ਦਰ ਫਿਰੇ ਅਤੇ ਦਰ ਦਰ ਦੁਰ ਦੁਰ ਹੋਏ। ਚੰਗੀ ਤਰ੍ਹਾਂ ਪੜ੍ਹ ਲਓ, ਸੁਣ ਲਓ, ਫਿਰ ਦੱਸਦਾ। ਕੁੱਤਾ ਦਰ ਦਰ ਫਿਰੇ, ਬੋਲੋ, ਅਤੇ ਜਿਹੜੇ ਜਿਹੜੇ ਬੂਹੇ ਅੱਗੇ ਜਾਂਦਾ ਰੱਖਿਆ ਅਤੇ ਕਿਸੇ ਨੇ ਹੈ ਨਹੀਂ, ਯੁੱਧ ਕਿੱਥੋਂ ਆ ਗਿਆ ਤੂੰ, ਦੁਰ ਦੁਰ ਹੁੰਦਾ ਕਿ ਨਹੀਂ, ਬੋਲੋ ਗੁਰੂ। ਕਿਸੇ ਕੁੱਤਾ ਅਤੇ ਦਰ ਦਰ ਦੁਰ ਦੁਰ ਹੋਏ, ਜੇ ਇੱਕ ਦਰ ਦਾ ਹੋਏ ਰਹੇ ਤਾਂ ਦੁਰ ਦੁਰ ਕਾਹਨੂੰ ਹੋਏ। ਜੇ ਕਦੇ ਤੂੰ ਗੁਰੂ ਨਾਨਕ ਦੇ ਬੂਹੇ ਅੱਗੇ ਬਹਿ ਜੇ ਬੰਦੇ ਆ, ਅਤੇ ਤੈਨੂੰ ਦੁਰ ਦੁਰ ਨਾ ਹੋਵੇ, ਕਦੀ ਨਕੋਦਰ ਭੱਜਾ ਫਿਰਦਾ ਹੈ, ਇਹ ਮਸਤਾ ਦਾ ਡੇਰਾ ਹੈ, ਕਦੀ ਲੱਖ ਦਾਤੇ ਕੋਲ ਭੱਜਾ ਫਿਰਦਾ ਹੈ, ਕਦੀ ਕੱਖ ਦਾਤੇ ਕੋਲ ਜਿੱਥੇ ਕੁੱਤੇ ਪਿਸ਼ਾਬ ਕਰਦੇ ਫਿਰਦੇ ਨੇ ਉੱਥੇ ਦਾੜਾ 'ਤੇ ਕੇਸ ਰੱਖ ਕੇ ਤੂੰ ਮੱਥੇ ਟੇਕਦਾ ਫਿਰਦਾ, ਤੂੰ ਕੋ ਬੰਦਾ ਹੈ। ਸੇ ਦਾੜੀਆਂ ਸੱਚੀਆਂ, ਬੋਲੋ ਹਾਂ, ਜੇ ਗੁਰਚਰਨੀ ਲੱਗਣ ਦਾੜੇ ਉਹ ਸੱਚੇ ਨੇ ਜਿਹੜੇ ਗੁਰੂ ਦੇ ਚਰਨਾਂ 'ਤੇ ਲੱਗਦੇ ਨੇ, ਮਗਰ ਤੇਰੇ ਦਾੜੇ ਹੁਣ ਕਿੱਥੇ ਲੱਗ ਰਹੇ, ਰੁਲੇ ਨਾ ਤਾਂ ਫਿਰ ਕੀ ਹੋਵੇ, ਦੱਸ ਗੁਰੂ ਕਿਆ ਸਿੱਖਾ, ਫਿਰ ਤੂੰ ਰੁਲੇ ਨਾ ਤਾਂ ਕੀ ਹੋਵੇ। ਜਿਹੜਾ ਦਾੜਾ ਗੁਰੂ ਨੇ ਕਿਹਾ ਸੀ ਇਹ ਗੁਰੂ ਦੇ ਚਰਨਾਂ 'ਤੇ ਲੱਗਣਾ ਚਾਹੀਦਾ, ਉਹ ਦਾੜਾ ਅੱਜ ਕਿਸੇ ਮਰੇ ਦੀ ਕਬਰ ਦੇ ਉੱਤੇ ਲੱਗ ਰਿਹਾ ਜਿੱਥੇ ਰਾਤ ਨੂੰ ਖੀਰ ਚੱਟਣਗੇ ਕੁੱਤੇ ਪਿਸ਼ਾਬ ਕਰਦੇ, ਉਸ ਕਬਰ 'ਤੇ ਮੱਥੇ ਟੇਕਦਾ ਹੈ। ਮਰਿਆਂ ਨਾਲ ਜੀ ਕੇ ਵੀ, ਮਰਿਆਂ ਦੇ ਮੱਥੇ ਟੇਕ ਕੇ ਵੀ ਕਦੀ ਕਿਸੇ ਨੇ ਕੁਛ ਪਾਇਆ ਹੈ? ਅੱਜ ਇੱਧਰਾਂ ਲੱਗਦਾ ਹੈ, ਗੁਰੂ ਕੇ ਸਿੱਖਾ ਤੁਸੀਂ ਸੁਚੇਤ ਬੈਠੇ ਲੱਗਦੇ ਹੋ, ਇੱਧਰਾਂ ਲੱਗਦਾ ਹੈ ਪੰਜਾਬ ਕਬਰਸਤਾਨ ਬਣਦਾ ਜਾਂਦਾ ਹੈ, ਚੱਪੇ ਚੱਪੇ 'ਤੇ ਹੁਣ ਗੁਰਦੁਆਰੇ ਨਹੀਂ ਦਿਸਦੇ, ਕੀ ਦਿਸਦੀਆਂ ਜੀ, ਬੋਲੋ, ਇੱਕ ਵਾਰ ਖੁੱਲ੍ਹ ਕੇ ਬੋਲੋ, ਡਰਦੇ ਕਿਉਂ ਜੇ, ਤੁਹਾਡੀ ਕੋਈ ਲੱਤ ਨਹੀਂ ਫੜਦਾ, ਐਵੇਂ ਡਰਿਓ ਨਾ ਵੀ ਇਹ ਕਬਰ ਦੇ ਕੋਲੋਂ ਦੀ ਲੰਘਾਂਗੇ ਤਾਂ ਪਤਾ ਨਹੀਂ ਕੋਈ ਲੱਤ ਫੜ ਲੂ, ਕੋਈ ਨਹੀਂ ਹੁੰਦਾ ਕਬਰ 'ਚ, ਕੋਈ ਕਬਰ 'ਚ ਨਹੀਂ ਹੁੰਦਾ, ਵੀ ਨੋਟ ਕਰਿਓ, ਕਿਸੇ ਕਬਰ ਦੇ ਉੱਤੋਂ ਕਿਸੇ ਨੂੰ ਤੱਤੀ ਵਾਹ ਨਹੀਂ ਲੱਗਦੀ, ਕੋਈ ਕਿਸੇ ਦੀ ਤੱਤੀ ਵਾਹ ਨਹੀਂ ਲੱਗ ਸਕਦਾ, ਕੋਈ ਕਿਸੇ ਨੂੰ ਪੁੱਤ ਨਹੀਂ ਦੇ ਸਕਦਾ, ਕਬਰ 'ਚ ਮਰਿਆ ਹੋਇਆ ਮੁਰਦਾ ਕਦੀ ਕਿਸੇ ਦਾ ਕੁਛ ਨਹੀਂ ਸਵਾਰ ਸਕਦਾ, ਜੇ ਸਵਾਰ ਸਕਦਾ ਤਾਂ ਆਇਆ ਗੋਪਾਲ ਤੇਰਾ ਆਰਤਾ, ਜੋ ਜਨ ਤੂੰ ਮੇਰੀ ਭਗਤ ਕਰਨ 'ਤੇ ਤਿਨਕੇ ਕਾਸ ਸਵਾਰ, ਜਿਸ ਕੇ ਸਿਰ ਉੱਪਰ ਤੂੰ ਸਵਾਮੀ
ਸੋ ਦੁੱਖ ਕੈਸਾ ਪਾਵੇ। ਇੱਕ ਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ, ਜਿਉਂਦਾ ਜਾਗਦਾ ਗੁਰੂ ਆ ਧਰਤੀ 'ਤੇ। ਬਾਂਹ ਫੜ ਲਈ, ਆਖਿਆ ਬਾਂਹ ਨਹੀਂ ਛੱਡੂ, ਇੰਨਾ ਕੁਛ ਦੇਣਾ ਪੈਣਾ ਹੈ। ਕਹਿੰਦੇ ਸਭ ਕੁਛ ਦੇਣਾ ਪਿਆ, ਇੱਕ ਦਿਨ ਫਿਰ ਆਪਾਂ ਵੀ ਵਾਰਨਾ ਪੈਣਾ ਹੈ। ਵਿੱਚੋਂ ਆਵਾਜ਼ ਆਈ, ਗੇਬੀ ਆਵਾਜ਼ ਆਈ, ਇੱਕ ਦਿਨ ਗੋਬਿੰਦ ਰਾਏ ਆਪਣਾ ਆਪ ਵੀ ਵਾਰਨਾ ਪੈਣਾ ਹੈ। ਕਹਿਣ ਲੱਗਾ ਮੈਂ ਉਹਦੇ ਲਈ ਵੀ ਤਿਆਰ ਹਾਂ। ਐਸਾ ਮੇਰਾ ਸਤਿਗੁਰੂ ਰਾਏ ਇਕੱਲੇ ਦੇ ਕੋਲ ਚਲੇ ਗਿਆ। ਆਖੋ ਹੇ ਗੁਰੂ। ਕਿੱਥੇ ਜੀ? ਖੁੱਲ੍ਹ ਕੇ ਬੋਲ। ਰਾਏ ਕੋਟ, ਲੁਧਿਆਣੇ ਜ਼ਿਲ੍ਹੇ 'ਚ। ਕੋਈ ਥੱਕਿਆ ਲੱਗਦਾ ਹੈ, ਦੂਰੋਂ ਤੁਰ ਕੇ ਆਇਆ ਅਤੇ ਇਕੱਲੇ ਚੌਧਰੀ ਨੂੰ ਮਿਲਿਆ। ਆਖੋ ਹੇ ਗੁਰੂ। ਅਤੇ ਇਕੱਲੇ ਚੌਧਰੀ ਨਾਲ ਜਦੋਂ ਮੁਲਾਕਾਤ ਹੋਈ, ਇਕੱਲੇ ਨੂੰ ਕਿਸੇ ਨੇ ਜਾ ਕੇ ਦੱਸਿਆ, ਤੇਰੀ ਟਾਹਲੀ ਦੇ ਥੱਲੇ, ਟਾਹਲੀ ਟਾਹਲੀ ਸਾਹਿਬ ਗੁਰਦੁਆਰਾ, ਤੇਰੀ ਟਾਹਲੀ ਦੇ ਥੱਲੇ ਕੋਈ ਬੜਾ ਮਸਤਾਨਾ, ਅੱਖਾਂ ਨੂਰ ਨਾਲ ਭਰੀਆਂ, ਕੋਈ ਦੂਰੋਂ ਚੱਲ ਕੇ ਆਇਆ ਲੱਗਦਾ ਹੈ, ਟਾਹਲੀ ਥੱਲੇ ਬੈਠਾ। ਮਗਰ ਇਤਨਾ ਲੱਗਦਾ ਹੈ ਵੀ ਜੇ ਕੋਈ ਸ੍ਰਿਸ਼ਟੀ ਦਾ ਸ਼ਹਿਨ ਛਾਏ, ਚੱਲ ਜਾ ਕੇ ਦਰਸ਼ਨ ਤਾਂ ਕਰ। ਇਕੱਲਾ ਚੌਧਰੀ ਆਇਆ। ਆਖੋ ਵਾਹਿਗੁਰੂ। ਇਕੱਲੇ ਚੌਧਰੀ ਨੇ ਆਣ ਕੇ ਦਰਸ਼ਨ ਕੀਤੇ, ਆਪਣੀ ਰੂਹ ਦੇ ਵਿੱਚੋਂ ਆਵਾਜ਼ ਸੁਣੀ, ਜਿੰਦੇ ਤੂੰ ਖੁਦਾ ਨੂੰ ਕਦੀ ਵੇਖਿਆ ਨਹੀਂ, ਧਿਆਨ ਦਿਓ ਜੀ, ਖੁਦਾ ਨੂੰ ਤੂੰ ਕਦੀ, ਮਗਰ ਅੰਦਰ ਆਵਾਜ਼ ਆਈ, ਖੁਦਾ ਇਹੋ ਜਿਹਾ ਹੀ ਹੋਊਗਾ, ਨਹੀਂ ਪਤਾ ਲੱਗਾ ਖੁਦਾ। ਇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਫਜ਼ਲ ਅੱਲਾ ਨੂਰ ਗੁਰ ਗੋਬਿੰਦ ਸਿੰਘ, ਇਤਨਾ ਦਾ ਹੀ ਹੋਊਗਾ। ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ। ਇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਫਜ਼ਲ ਅੱਲਾ ਨੂਰ, ਇਤਨਾ ਲੱਗਦਾ ਹੈ ਮੈਂ ਖੁਦਾ ਨੂੰ ਮੰਨਣ ਵਾਲਾ ਵਾਂ, ਮੁਸਲਮਾਨ ਸੀ ਰਾਏ ਇਕੱਲਾ। ਆਖੋ ਵਾਹਿਗੁਰੂ। ਅੱਜ ਕੱਲ੍ਹ ਉਹਦੀ ਸਾਰੀ ਫੈਮਿਲੀ ਪਾਕਿਸਤਾਨ ਦੇ ਵਿੱਚ ਆ, ਪੰਜਾਬ 'ਚ। ਖੁਦਾ ਨੂੰ ਮੈਂ ਕਦੀ ਵੇਖਿਆ ਨਹੀਂ, ਮਗਰ ਖੁਦਾ ਹੋ ਤਾਂ ਇਤਨਾ ਦਾ ਹੀ, ਇੰਨਾ ਨੂਰ, ਇੰਨਾ ਪ੍ਰਕਾਸ਼ ਚਿਹਰੇ 'ਤੇ, ਬੜੀ ਮਸਤੀ, ਚਰਨਾਂ 'ਤੇ ਮੱਥਾ ਟੇਕਿਆ। ਗਰੀਬ ਨਵਾਜ਼ ਨੇ ਤੀਰ ਮਸਤਕ ਨੂੰ ਛੁਆਇਆ ਅਤੇ ਆਖਿਆ ਇਕੱਲਿਆ ਜਿਗੋਂ ਜਨਮਾਂ ਤੋਂ ਜਾਣਦਾ ਹੈ, ਜਿਗੋਂ ਇਤਨਾ ਆਵਾਜ਼ ਮਾਰੀ ਜਿਗੋਂ ਬੜਾ ਵਾਕਬਿਆ, ਇਕੱਲਿਆ ਭੁੱਖ ਲੱਗੀ ਦੁੱਧ ਪਿਆ, ਭੁੱਖ ਲੱਗੀ, ਸਾਰੇ ਬੋਲਿਆ ਚਲੋ ਇੰਨਾ ਹੀ ਸਹੀ, ਇਹ ਵੀ ਭਗਤੀ ਆ, ਇਤਿਹਾਸ ਨਾਲ ਜੋੜੋ, ਭੁੱਖ ਲੱਗੀ। ਅਤੇ ਇਕੱਲੇ ਨੇ ਆਖਿਆ ਗਰੀਬ ਨਵਾਜ਼ ਆ, ਜਿੰਨੀਆਂ ਮੱਝਾਂ ਨੇ ਨਾ ਇਹ ਸਾਰੀਆਂ ਦੁੱਧ ਨਹੀਂ ਦਿੰਦੀਆਂ, ਦੁੱਧ ਤੋਂ ਭੱਜੀਆਂ ਨੇ, ਫੰਡੜਾਂ ਨੇ। ਇਕੱਲਿਆ ਦੁੱਧ ਤਾਂ ਹਰ ਇੱਕ ਦੇ ਅੰਦਰ ਹੈ, ਜਿਤਨਾ ਜੋਤ ਹਰ ਇੱਕ ਦੇ ਵਿੱਚ ਹੈ, ਨਹੀਂ ਪਤਾ ਲੱਗਾ ਹਰ ਪ੍ਰਾਣੀ ਦੇ ਅੰਦਰ, ਇਤਨਾ ਹੀ ਕੋਈ ਪ੍ਰਗਟ ਕਰਨ ਵਾਲਾ ਹੋਵੇ ਤਾਂ ਜੋਤ ਵਿੱਚੋਂ ਪ੍ਰਗਟ ਕਰ ਲੈਂਦਾ ਹੈ। ਇਕੱਲਿਆ ਕੋਈ ਮੱਝ ਵੀ ਨਹੀਂ ਜਿਹਦੇ ਅੰਦਰ ਦੁੱਧ ਨਹੀਂ ਹੁੰਦਾ, ਤੂੰ ਥਾਪੜਾ ਮਾਰ ਕੇ ਮੱਝ ਥੱਲੇ ਬਹਿ, ਜਿਹੜੀ ਮਰਜ਼ੀ ਥੱਲੇ ਬਹਿ ਜਾ, ਦੁੱਧ ਚੋਲਾ ਅਤੇ ਸਾਨੂੰ ਦੁੱਧ ਪਿਆ। ਕਹਿੰਦਾ ਗਰੀਬ ਨਵਾਜ, ਦੁੱਧ ਤਾਂ ਤੇਰੀ ਕਿਰਪਾ ਨਾਲ ਮਿਲ ਜੂ, ਤੂੰ ਕਹਿ ਦਿੱਤਾ ਤਾਂ ਮਿਲ ਜਾਣਾ ਹੈ,
ਮੇਰੇ ਕੋਲ ਤਾਂ ਚੋਣ ਨੂੰ ਭਾਂਡਾ ਹੀ ਕੋਈ ਨਹੀਂ, ਆਪ ਤੁਹਾਡਾ ਇਤਿਹਾਸ ਆ। ਮਾਲਕ ਨੇ ਇੱਥੋਂ ਕੱਢ ਕੇ ਕਮਰ ਕਸੇ ਦੇ ਵਿੱਚੋਂ ਗੰਗਾ ਸਾਗਰ, ਸੁਣਿਆ ਜੇ ਨਾ ਕਿ ਨਹੀਂ, ਉਹ ਭਾਂਡੇ ਦਾ ਨਾਂ ਕੀ ਹੈ? ਉੱਚੀ ਬੋਲੋ, ਗੰਗਾ ਸਾਗਰ ਦਿੱਤਾ ਇੱਥੋਂ ਕਮਰ ਕਸੇ 'ਚ ਖੋਲ੍ਹ ਕੇ। ਹੁਣ ਇਕੱਲਾ ਵਹਿਣ ਲੱਗਾ ਹੈ ਮੱਝ ਦੇ ਥੱਲੇ, ਵੇਖਦਾ ਕੀ ਹੈ ਉਹਦੇ ਵਿੱਚ ਐਡਾ ਖੋਲ ਆ, ਛੇਕ ਆ ਕਾਹਦੇ 'ਚ? ਗੰਗਾ ਸਾਗਰ ਵਿੱਚ। ਅਤੇ ਸਰਕਾਰ, ਇਹ ਤਾਂ ਸ਼ਰਧਾ ਦੇ ਵਿਸ਼ੇ ਆ, ਤੁਸੀਂ ਤਰਕ ਕਰਨਾ ਅਤੇ ਤਰਕ ਤੁਹਾਨੂੰ ਆਪਣੇ ਆਪ 'ਤੇ ਵੀ ਹੋ ਜਾਣਾ ਵੀ ਮੈਂ ਬੰਦਾ ਵੀ ਹਾਂ ਕਿ ਨਹੀਂ। ਜਦੋਂ ਤਰਕ ਕਰਨ ਲੱਗ ਪਈ ਹੈ ਨਾ, ਆਖੋ ਵਾਹਿਗੁਰੂ, ਫਿਰ ਤਰਕ ਨਹੀਂ ਛੱਡਦਾ ਪਿੱਛਾ। ਦੋ ਚੀਜ਼ਾਂ ਨੇ, ਇੱਕ ਸ਼ਰਧਾ ਅਤੇ ਇੱਕ ਤਰਕ, ਧਿਆਨ ਦਿਓ ਜੀ। ਇੱਕ ਸ਼ਰਧਾ, ਮਸਕੀਨ ਸਾਹਿਬ ਜੀ ਕਹਿੰਦੇ ਆਸਾ ਕੀ ਵਾਰ ਵਿੱਚ, ਮਸਕੀਨ ਸਾਹਿਬ ਜਦੋਂ ਕਥਾ ਕਰਦੇ ਤਾਂ ਉਹ ਕਹਿੰਦੇ ਦੋ ਚੀਜ਼ਾਂ ਨੇ ਇੱਕ ਬੰਦੇ ਨੂੰ, ਸ਼ਰਧਾ ਅਤੇ ਇੱਕ ਤਰਕ। ਇਹ ਦੋਵੇਂ ਚੀਜ਼ਾਂ ਜਦੋਂ ਅੰਦਰ ਪੈਦਾ ਹੋ ਜਾਣਾ ਅਤੇ ਰੱਸਾਕਸ਼ੀ, ਸੁਣਿਆ ਜੇ ਕੀ ਹੁੰਦਾ ਹੈ? ਇੱਕ ਬੰਦਾ ਇੱਧਰ ਨੂੰ ਅਤੇ ਇੱਕ ਬੰਦਾ ਇੱਧਰ ਨੂੰ, ਜਿਹੜੇ ਰੱਸਾ ਖਿੱਚਦੇ ਨੇ, ਤਰਕ ਆਪਣੇ ਵੱਲ ਖਿੱਚਦਾ ਹੈ ਇਤਰਾਂ ਹੋਇਆ ਕਿ ਨਹੀਂ। ਸ਼ਰਧਾ ਕਹਿੰਦੀ ਗੁਰੂ ਸਭ ਕੁਛ ਕਰ ਸਕਦਾ ਹੈ, ਨਹੀਂ ਪਤਾ ਲੱਗਦਾ। ਤਰਕ ਕਹਿੰਦਾ ਇਤਰਾਂ ਨਹੀਂ ਹੋ ਸਕਦਾ, ਸ਼ਰਧਾ ਕਹਿੰਦੀ ਗੁਰੂ ਸਭ ਕੁਛ ਕਰ ਸਕਦਾ ਹੈ। ਅਤੇ ਐਵੇਂ ਆਪ ਜੀ ਨੂੰ ਬੇਨਤੀ ਕਰਕੇ ਅੱਗੇ ਤੁਰਾਂ। ਇੱਕ ਦਿਨ ਦੋਵਾਂ ਦੇ ਵਿੱਚੋਂ ਸ਼ਰਧਾ ਜਿੱਤਦੀ, ਤਰਕ ਹਾਰਦਾ ਹੈ। ਤਰਕ, ਤਰਕ ਦੀ ਆਖਰ ਹਾਰ ਹੁੰਦੀ। ਤਰਕ 'ਚ ਇੰਨੀ ਜਾਨ ਨਹੀਂ, ਸ਼ਰਧਾ 'ਚ ਬੜੀ ਜਾਨ ਆ। ਆਖੋ ਵਾਹਿਗੁਰੂ। ਗਰੀਬ ਨਿਵਾਜ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਇਹਦੇ ਵਿੱਚ ਤਾਂ ਖੋਲ ਆ, ਜੇ ਦੁੱਧ ਚੋਇਆ ਵੀ ਤਾਂ ਵਗ ਜਾਣਾ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਭਰੋਸਾ ਕਰ, ਬਹਿ ਜਾ ਮੱਝ ਦੇ ਥੱਲੇ, ਦੁੱਧ 'ਚੋ ਰਹਿੰਦੀ ਦੁਨੀਆ ਤੱਕ ਇਹਦੇ ਵਿੱਚੋਂ ਦੁੱਧ ਨਹੀਂ ਚੋਊਗਾ, ਨਹੀਂ ਨਿਕਲੂਗਾ। ਹੋਰ ਕੋਈ ਚੀਜ਼ ਪਾਏਗਾ ਤਾਂ ਇਹਦੀ ਵਗ ਜੂਗੀ, ਮਗਰ ਇਹ ਤਾਂ ਸ਼ਰਧਾ ਸੀ ਨਾ ਵੀ ਗੁਰੂ ਦੇ ਸਿੱਖ ਦੀ ਆ। ਜੇ ਸ਼ਰਧਾ ਟੁੱਟਦੀ ਜਾਂਦੀ, ਬਾਣੀ ਪੜ੍ਹਨ ਨਾਲ ਕੀ ਹੁੰਦਾ ਜੀ? ਆਖੋ ਵਾਹਿਗੁਰੂ। ਬਾਣੀ ਪੜ੍ਹਨ ਨਾਲ ਅੱਜ ਕੀ ਹੁੰਦਾ ਹੈ? ਅੱਜ ਲੋਕ ਕਹਿੰਦੇ ਨਾਮ ਜਪਣ ਨਾਲ ਕੀ ਹੁੰਦਾ? ਜਿਹਨਾਂ ਜਪਿਆ ਉਹਨਾਂ ਨੂੰ ਪੁੱਛ ਕੇ ਵੇਖੋ, ਜਿਹਨਾਂ ਗੁਰਸਿੱਖਾਂ ਪਿਆਰਿਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜੇ ਮਾਰੇ ਉਹਨਾਂ ਨੂੰ ਪੁੱਛ ਕੇ ਵੇਖੋ। ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਨੂੰ ਪੁੱਛ ਕੇ ਵੇਖੋ ਕੀ ਆ ਨਾਮ ਦੇ ਵਿੱਚ, ਤੁਹਾਨੂੰ ਪਤਾ ਲੱਗ ਜੂਗਾ। ਸਟੇਜ 'ਤੇ ਮਗਰੋਂ ਬੈਠਾ ਜਿੰਨੀ ਸੰਗਤ ਆ ਉਹਨਾਂ ਦੇ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਵਾਹ, ਐਸੀ ਕਿਹੜੀ ਵਾਈਬ੍ਰੇਟ ਛੱਡਤੀ ਉਹਨੇ ਵੀ ਪਾਪੀ ਤੋਂ ਪਾਪੀ ਬੰਦਾ ਵੀ ਮੂੰਹ ਦੇ ਵਿੱਚੋਂ ਵਾਹਿਗੁਰੂ 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 ਕਰਨ ਲੱਗ ਪਿਆ। ਇਹ ਨਾਮ ਜਪਣ ਵਾਲੇ ਦੀ ਪਾਵਰ ਹੁੰਦੀ ਆ, ਸਾਰਿਆਂ ਨੂੰ ਜੋੜ ਲਿਆ ਖਿੱਚ ਕੇ ਆਪਣੀ ਸੁਰਤ ਦੀ ਪਾਵਰ ਨਾਲ। ਆਖੋ ਵਾਹਿਗੁਰੂ। ਚੋ ਦੁੱਧ ਚੋਇਆ ਪਿਆਇਆ ਅਤੇ ਇਕੱਲੇ ਨੂੰ ਪਤਾ ਲੱਗ ਗਿਆ ਉਹਨੇ ਚਿਰ ਨੂੰ ਵੀ ਇਹ ਕੋਈ ਐਵੇਂ ਨਹੀਂ, ਇਹ ਹੈ ਮਨਸਾ ਪੂਰਨ ਸ਼ਰਨਾ ਯੋਗ। ਇਹ ਜਿਹੜਾ ਮੇਰੇ ਸਾਹਮਣੇ ਬੈਠਾ ਹੈ ਇਹ ਉਹ ਪਾਵਰ ਆ, ਜੋ ਕਰ ਪਾਇਆ ਸੋਈ ਹੋਗ। ਇਹ ਉਹ ਪਾਵਰ ਆ ਜਿਹੜੀ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਕੇ। ਇਹ ਤਾਂ ਮੇਰੇ ਸਾਹਮਣੇ ਉਹ ਆਣ ਕੇ ਬਹਿ ਗਿਆ ਜਿਹੜਾ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਜਿਹਨੂੰ ਧਿਆਏ ਧਿਆਏ ਭਗਤੇ ਸੁੱਖ ਪਾਇਆ, ਮਗਰ ਨਾਨਕ ਤਿਸ ਪੁਰਖ ਕਾ ਕਿਨੇ। ਇਹ ਤਾਂ ਉਹ ਆਣ ਕੇ ਬਹਿ ਗਿਆ ਮੇਰੇ ਸਾਹਮਣੇ ਪੈਰਾਂ 'ਤੇ ਡਿੱਗ ਕੇ, ਕਹਿੰਦਾ ਮਹਾਰਾਜ ਦੁੱਧ ਪੀਤਾ ਮੇਰੇ ਧੰਨ ਭਾਗ, ਮੈਨੂੰ ਕੋਈ ਸੇਵਾ ਦੱਸੋ, ਮੈਨੂੰ ਕੋਈ ਉੱਚੀ ਬੋਲੋ ਨਾ, ਥੋੜ੍ਹਾ ਸਮਾਂ ਹੈ, ਸੇਵਾ ਦੱਸੋ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਕੱਲਿਆ ਕੋਈ ਆਪਣਾ ਖਾਸ ਬੰਦਾ ਸਰਹੰਦ ਭੇਜ, ਕਿੱਥੇ ਸਰਹੰਦ ਭੇਜ,
ਮਾਤਾ ਜੀ ਅਤੇ ਛੋਟੇ ਪਚੰਗੀਆਂ ਦਾ ਪਤਾ ਲੈ ਕੇ ਆਵੇ। ਆਖੋ ਵਾਹਿਗੁਰੂ। ਉਹਨੇ ਕਿਹਾ ਮੇਰੇ ਕੋਲ ਇੱਕ ਖਾਸਨ ਖਾਸ ਬੰਦਾ ਹੈ ਮੇਰਾ, ਇਹਨਾਂ ਨੂੰ ਕਿਉਂ ਚੌਂਕੜਾ ਮਾਰਨ ਸੋਹਣੀ ਤਰ੍ਹਾਂ, ਮੇਰਾ ਇੱਕ ਖਾਸਨ ਖਾਸ ਬੰਦਾ ਹੈ, ਉਹਦਾ ਨਾਮ ਹੈ ਨੂਰਾ ਮਾਈਆ। ਕੀ ਜੀ ਬੋਲੋ? ਇਹ ਇਤਿਹਾਸ ਦੇ ਹੀਰੋਆਂ ਦੇ ਨਾਮ ਹੀ ਲੈ ਲਓਗੇ ਨਾ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਆਖਰ ਤਾਂ ਨੂਰੇ ਨੇ ਵੀ ਮੇਰੇ ਸਾਹਿਬੇ ਕਮਾਲ ਦੇ ਦੀਦਾਰ ਕੀਤੇ ਹੀ ਨੇ ਨਾ, ਅਤੇ ਫਿਰ ਨੂਰੇ ਦਾ ਨਾਂ ਲਿਆ ਵੀ ਠੰਡ ਪੈਂਦੀ। ਨੂਰੇ ਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਨੂਰਿਆ ਸਰਹੰਦ ਜਾ, ਸੁਣਿਆ ਤੇਰੀ ਉੱਥੇ ਭੈਣ ਆ, ਰਾਤ ਉੱਥੇ ਭੈਣ ਦੇ ਘਰ ਰੁਕੀ ਅਤੇ ਸਰਹੰਦ ਦੇ ਬਾਜ਼ਾਰਾਂ 'ਚੋਂ ਪਤਾ ਕਰੀ ਮਾਤਾ ਜੀ ਦਾ ਕੀ ਬਣਿਆ ਹੈ, ਅਤੇ ਸਾਹਿਬਜ਼ਾਦਿਆਂ ਦਾ ਕੀ ਬਣਿਆ, ਕੀ ਉਹਨਾਂ ਨਾਲ ਵਾਪਰੀ, ਕੀ ਉਹਨਾਂ ਦੇ ਭਾਣਿਆਂ ਚੱਲਿਆ। ਨੂਰਾ ਗਿਆ, ਅਖੋ ਵਾਹਿਗੁਰੂ। ਜਦੋਂ ਅਜੇ ਇੱਕ ਕਿੱਲਾ, ਤੁਹਾਨੂੰ ਮੈਂ ਕਿੱਲਾ ਕਹੂੰਗਾ, ਸ਼ਹਿਰ 'ਚ ਮੈਨੂੰ ਨਹੀਂ ਕਿਹਾ ਜਾਂਦਾ ਕਿਉਂਕਿ ਉਹਨਾਂ ਨੂੰ ਕਿੱਲਿਆਂ ਛਿੱਲਿਆਂ ਦਾ ਪਤਾ ਹੀ ਨਹੀਂ, ਪਤਾ ਹੈ ਕਿ ਨਹੀਂ ਇਸ ਗੱਲ ਦਾ ਤੁਹਾਨੂੰ। ਕਿੱਲਾ ਗਿਆ, ਅਜੇ ਇੱਕ ਕਿੱਲਾ ਪੈਲੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਨਜ਼ਰਾਂ ਦੇ ਸਾਹਮਣੇ ਆ ਕੌਣ? ਨੂਰਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਕੱਲਿਆ ਵੇਖਾਂ ਨੂਰਾ ਮੁੜ ਕੇ ਆਇਆ ਹੈ ਕਿ ਨਹੀਂ, ਸਾਹਮਣੇ ਤੁਰੇ ਜਾ ਰਿਹਾ, ਅਜੇ ਤੁਰ ਕੇ ਜਾ ਰਿਹਾ। ਅਤੇ ਆਵਾਜ਼ ਦੇ ਕੇ ਕਹਿੰਦੇ ਨੂਰ ਕੱਲਿਆ ਦੇਖ ਨੂਰਾ ਮੁੜਿਆ ਹੈ ਕਿ ਨਹੀਂ, ਅਤੇ ਕੱਲਾ ਕਹਿੰਦਾ ਮਹਾਰਾਜ ਉਹ ਤਾਂ ਅਜੇ ਸਾਹਮਣੇ ਤੁਰਿਆ ਹੀ ਜਾ ਰਿਹਾ ਹੈ, ਥੋੜ੍ਹਾ ਜਿਹਾ 2 ਕਿੱਲੇ ਪਰੇ ਹੋਇਆ। ਆਖੋ ਵਾਹਿਗੁਰੂ। ਕਹਿੰਦੇ ਵੇਖਾਂ ਨੂਰਾ ਮੁੜਿਆ ਹੈ ਕਿ ਨਹੀਂ, ਮਹਾਰਾਜ ਉਹ ਤਾਂ ਆਹ ਸਾਹਮਣੇ ਜਾ ਰਿਹਾ। ਤੀਸਰੀ ਵਾਰ ਵੀ ਆਖਿਆ, ਚੌਥੀ ਵਾਰ ਕੱਲਾ ਪੈਰਾਂ 'ਤੇ ਸਿਰ ਰੱਖ ਕੇ ਕਹਿੰਦਾ ਸਤਿਗੁਰੂ ਵੱਡੇ ਪੁੱਤਰਾਂ ਦੀ ਸ਼ਹੀਦੀ ਨੇ ਤੁਹਾਨੂੰ ਤੋੜ ਦਿੱਤਾ, ਇਸ ਤਰ੍ਹਾਂ ਲੱਗਦਾ ਹੈ। ਨਹੀਂ ਪਤਾ ਲੱਗਾ ਜੇ ਇਸ਼ਾਰਾ ਨਹੀਂ ਸਮਝਿਆ, ਨਹੀਂ ਵੱਡੇ ਪੁੱਤਾਂ ਦੀ ਸ਼ਹੀਦੀ ਨੇ ਤੁਹਾਨੂੰ ਅੰਦਰੋਂ ਤੋੜ ਦਿੱਤਾ, ਤੁਸੀਂ ਟੁੱਟ ਗਏ ਹੋ। ਐਡੀ ਛੇਤੀ ਸੁਣਨਾ ਚਾਹੁੰਦੇ ਹੋ ਵੀ ਬੱਚੇ ਜਿਉਂਦੇ ਆ ਕਿ ਸ਼ਹੀਦ ਹੋ ਗਏ? ਆਖੋ ਵਾਹਿਗੁਰੂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇਤਰਾਂ 'ਚ ਨੇਤਰ ਪਾ ਕੇ ਕਹਿੰਦੇ ਨਹੀਂ ਕੱਲਿਆ, ਜਿਹੜੀ ਗੱਲ ਤੂੰ ਕਹਿੰਦਾ ਨਾ ਮੈਂ ਸੁਣਨੂੰ ਉਤਾਵਲਾ, ਮੈਂ ਉਹ ਗੱਲ ਸੁਣਨੂੰ ਉਤਾਵਲਾ ਨਹੀਂ। ਧਿਆਨ ਦਿਓ, ਸੁਣਿਓ ਗੁਰੂ ਕੇ ਸਿੱਖੋ, ਮੈਂ ਉਹ ਗੱਲ ਸੁਣਨੂੰ। ਬੀਬੀ ਉਹ ਕੀ ਗੱਲਾਂ ਕਰਨ ਲੱਗ ਪਈਆਂ? ਹੁਣ ਤਾਂ ਸੋਨੇ ਕੀ ਸੂਈ ਰੁਪਏ ਕਾ ਧਾਗੇ ਵਾਲੀ ਗੱਲ ਸੀ। ਜਦੋਂ ਸੱਟ ਵੱਜਣ ਦੀ ਗੱਲ ਆਈ ਉਦੋਂ ਕੋਈ ਗੱਲ ਚੱਲ ਪਈ। ਫਿਰ ਕਹਿੰਦੇ ਗੁਰਦੁਆਰਿਆਂ 'ਚ ਮਿਲਦਾ ਕੋਈ ਨਹੀਂ, ਚਲੋ ਫਲਾਣੇ ਥਾਂ ਚੱਲੀਏ, ਟਿੰਗੜੇ ਥਾਂ ਚੱਲੀਏ। ਨੂਰੇ ਦੇ ਅੱਖਾਂ 'ਚ ਕੱਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਦਸ਼ਮੇਸ਼ ਪਿਤਾ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਕੱਲਿਆ ਜਿਹੜੀ ਗੱਲ ਤੂੰ ਜੱਜਮੈਂਟ ਕੀਤੀ ਉਹ ਨਹੀਂ। ਫਿਰ ਮਹਾਰਾਜ ਕੀ ਤੁਸੀਂ ਵਾਰ ਵਾਰ ਕਹੀ ਜਾਂਦੇ, ਸਾਹਮਣੇ ਤਾਂ ਤੁਰਿਆ ਜਾਂਦਾ ਅਤੇ ਕਹਿੰਦੇ ਉਹ ਪਤਾ ਵੇਖ ਆਇਆ ਹੈ ਕਿ ਨਹੀਂ। ਮੈਂ ਇਸ ਗੱਲ ਨੂੰ ਕਾਹਲਾ ਵਾਂ, ਮੈਨੂੰ ਆਣ ਕੇ ਤੇਰਾ ਬੰਦਾ ਦੱਸੇ ਵੀ ਜਿਸ ਤਰ੍ਹਾਂ ਤੇਰੇ 2 ਉੱਥੇ ਸ਼ਹੀਦ ਹੋ ਗਏ ਨੇ ਅਤੇ ਉਹ ਧਰਮ ਤੋਂ ਬੇਮੁੱਖ ਨਹੀਂ ਹੋਏ, ਮਾਤਾ ਬਾਰਾ ਵੀ ਪਤਾ ਲੱਗਿਆ ਜੀ, ਮਾਤਾ ਬਾਰੇ ਵੀ ਅਤੇ ਸਿੰਘਾਂ ਬਾਰੇ ਵੀ, ਮੇਰੇ ਪੁੱਤਰਾਂ ਬਾਰੇ ਵੀ ਆਣ ਕੇ ਦੱਸੇ ਤੇਰਾ ਬੰਦਾ, ਅਤੇ ਮੈਂ ਉਸ ਘੜੀ ਨੂੰ ਇੰਨਾ ਤਾਵਲਾ ਵਾਂ ਵੀ ਛੇਤੀ ਤੋਂ ਛੇਤੀ ਮੈਨੂੰ ਆਣ ਕੇ ਦੱਸੇ ਵੀ ਜਿਸ ਤਰ੍ਹਾਂ ਉਹ 2 ਧਰਮ 'ਤੇ ਲੜ ਕੇ ਸ਼ਹੀਦ ਹੋਏ ਨੇ, ਉਸ ਤਰ੍ਹਾਂ ਹੀ ਤੇਰੇ ਇਹਨਾਂ 2 ਪੁੱਤਰਾਂ ਨੇ ਧਰਮ ਨੂੰ ਦਾਗ ਨਹੀਂ ਲਾਇਆ, ਇਹ ਵੀ ਸ਼ਹੀਦ ਹੋ ਗਏ ਨੇ, ਮਾਂ ਵੀ ਸ਼ਹੀਦ ਹੋ ਗਈ, ਮੈਂ ਸੁਣਨ ਨੂੰ ਤਿਆਰ ਬੈਠਾ। ਤੂੰ ਤਾਂ ਕਹਿੰਦਾ ਮੈਂ ਇਸ ਕਰਕੇ ਸੁਣਨੂੰ ਵੀ ਮੈਨੂੰ ਆਣ ਕੇ ਆਖਿਓ ਜਿਉਂਦੇ ਨੇ, ਮੈਂ ਇਹ ਸੁਣਨ ਨੂੰ ਤਿਆਰ ਕਰਕੇ ਬੈਠਾ ਵੀ ਉਹ ਸ਼ਹੀਦ ਹੋ ਗਏ ਨੇ,
ਮਗਰ ਉਹਨਾਂ ਧਰਮ ਨੂੰ ਦਾਗ ਨਹੀਂ ਲਾਇਆ। ਆਪਾਂ ਵਾਰ ਗਏ ਨੇ, ਆਪਾਂ ਕੁਰਬਾਨ ਕਰ ਗਏ ਨੇ, ਮੈਂ ਇਹ ਸੁਣਨੂੰ ਇੰਨਾ ਕਾਹਲਾ ਵਾਂ, ਛੇਤੀ ਛੇਤੀ ਤੇਰਾ ਬੰਦਾ ਆਵੇ। ਨੂਰਾ ਆਇਆ, ਆਖੋ ਵਾਹਿਗੁਰੂ, ਨੂਰਾ ਆਇਆ ਮੁੜ ਕੇ। ਗਰੀਬ ਨਵਾਜ ਆਨੰਦ 'ਚ ਬੈਠੇ, ਇੱਕ ਪੱਥਰ ਪਿਆ ਸੀ ਉਹਦੇ ਉੱਤੇ ਗਰੀਬ ਨਵਾਜ ਪਾਤਸ਼ਾਹ ਬੈਠੇ, ਤੀਰ ਕੱਢਿਆ ਪੱਤੇ ਦੇ ਵਿੱਚੋਂ, ਪਤਾ ਤਾਂ ਸਾਰੀ ਗੱਲ ਦਾ ਸੀ, ਪਤਾ ਲੱਗ ਗਿਆ ਜੀ ਮੈਂ ਕੀ ਕਿਹਾ, ਪਤਾ ਤਾਂ ਡਾਇਰੈਕਟਰ ਜਿਹੜਾ ਹੁੰਦਾ ਨਾ ਡਾਇਰੈਕਟਰ, ਆਖੋ ਵਾਹਿਗੁਰੂ, ਜਿਹੜਾ ਫਿਲਮ ਦਾ, ਉਹਨੂੰ ਪਤਾ ਹੁੰਦਾ ਮੈਂ ਫਿਲਮ 'ਚ ਕਿਹੜਾ ਕਿਹੜਾ ਸੀਨ ਭਰਿਆ ਹੈ। ਇਹ ਵੀ ਪਤਾ ਸੀ, ਡਾਇਰੈਕਟਰ ਵੀ ਆਪ ਸੀ ਅਤੇ ਐਕਟਰ ਵੀ ਆਪ ਸੀ। ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਵੀ ਐਕਟਿੰਗ ਕਰ ਰਹੇ, ਆਪ ਵੀ ਅਕਾਲ ਪੁਰਖ ਨੇ। ਜਦੋਂ ਅਕਾਲ ਪੁਰਖ ਨੇ ਉਦੋਂ ਡਾਇਰੈਕਟਰ ਨੇ, ਜਦੋਂ ਮੈਦਾਨ ਵਿੱਚ ਜੂਝ ਰਹੇ ਨੇ, ਪੁੱਤਰ ਵਾਰ ਰਹੇ, ਉਦੋਂ ਐਕਟਰ ਨੇ, ਐਕਟਿੰਗ ਕਰ ਰਹੇ ਆ। ਅਤੇ ਇਹ ਵੀ ਪਤਾ ਸੀ ਵੀ ਹੁਣ ਆਉਣ ਵਾਲੀ ਘੜੀ 'ਚ ਮੈਨੂੰ ਮੈਸੇਜ ਕੀ ਮਿਲਣਾ ਹੈ। ਅਤੇ ਇਸ ਤਰ੍ਹਾਂ ਇੱਕ ਕਾਈ ਦਾ ਬੱਚਾ ਬੋਲ ਕੇ ਹਟਿਆ, ਕਾਈ ਦੇ ਤੀਲੇ ਨੂੰ ਇਸ ਤਰ੍ਹਾਂ ਤੀਰ ਦੇ ਨਾਲ ਛਿੱਲਣ ਡਿਆ ਸੀ, ਇਸ ਤਰ੍ਹਾਂ ਖੁਰਚਣ ਡਿਆ ਸੀ। ਆਣ ਕੇ ਨੂਰੇ ਨੇ ਆਖਿਆ, ਸਤਿਗੁਰੂ, ਧਾ ਮਾਰ ਕੇ ਰੂੜਾ ਨੂਰਾ ਰੋਇਆ, ਮਹਾਰਾਜ ਬੜੀ ਬੁਰੀ ਖਬਰ ਲੈ ਕੇ ਆਇਆ। ਕਹਿੰਦੇ ਬੁਰੀ ਤਾਂ ਖਬਰ ਕੋਈ ਨਹੀਂ ਹੁੰਦੀ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤਿਸ ਭਾਵੇ ਨਾਨਕਾ ਸਾਹੀ ਗੱਲ, ਖਸਮੇ ਸੋਈ ਭਾਵਦਾ, ਬੋਲੋ, ਖਸਮੇ ਦਾ ਜਿਸ ਭਾਣਾ ਪਾਵੇ, ਖਸਮ ਨੂੰ ਉਹ ਚੰਗਾ ਲੱਗਦਾ ਜਿਹਨੂੰ ਖਸਮ ਦਾ ਭਾਣਾ ਬਣੇ, ਹੁਕਮ ਉਹਦਾ ਹੁਕਮ ਚੰਗਾ ਲੱਗਦਾ ਹੋਵੇ, ਖਸਮ ਨੂੰ ਵੀ ਉਹੀ ਬੰਦਾ ਚੰਗਾ ਲੱਗਦਾ ਹੈ। ਅਤੇ ਤੂੰ ਦੱਸ ਕੀ ਹੋਇਆ ਹੈ, ਕੋਈ ਬੁਰੀ ਖਬਰ ਨਹੀਂ, ਸਭ ਚੰਗੀਆਂ ਨੇ, ਦੱਸ ਕੀ ਹੋਇਆ? ਮਹਾਰਾਜ ਛੋਟੇ ਛੋਟੇ ਤੁਹਾਡੇ ਪਚੰਗੀ ਮੇਰੀ ਭੈਣ ਨੇ ਰੋ ਰੋ ਕੇ ਦੱਸਿਆ ਵੀ ਇੱਕ ਦੀ ਉਮਰ 7 ਸਾਲ ਸੀ, ਇੱਕ ਦੀ 9 ਸਾਲ ਸੀ, ਉਹਨਾਂ ਨੂੰ ਇਹਨਾਂ ਪਾਪੀਆਂ ਨੇ ਪਹਿਲਾਂ ਤਾਂ ਠੰਡੇ ਬੁਰਜ ਵਿੱਚ ਰੱਖਿਆ ਜਿੱਥੇ 4 ਚੁਫੇਰੇ ਹਵਾ ਵਗਦੀ, ਪੈਰ ਨੀਲੇ ਹੋਏ ਸੀ ਠੰਡ ਨਾਲ, ਉੱਤੇ ਕੋਈ ਕੰਬਲ ਨਹੀਂ ਸੀ, ਰਾਤ ਦਿੱਤਾ ਮਹਾਰਾਜ 4 ਚੁਫੇਰੇ ਠੰਡੀ ਹਵਾ, ਮਾਤਾ ਦੀ ਗੋਦ ਵਿੱਚ ਬੈਠੇ ਰਹੇ ਅਤੇ ਸਾਰੀ ਰਾਤ। ਖਬਰ ਦੀ ਗੱਲ ਇਹ ਹੈ ਵੀ ਮੈਂ ਇਹ ਸੁਣ ਕੇ ਆਇਆ ਵੀ ਸਾਰੀ ਰਾਤ ਬੁਰਜ ਦੇ ਵਿੱਚੋਂ ਵਾਹਿਗੁਰੂ 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 ਵਾਹਿ ਕਰੋ, ਬਹਿ ਜਾਓ ਤੁਸੀਂ ਵੀ ਨਾਲ ਧੀਆਂ ਪੁੱਤ ਅਤੇ ਤੁਸੀਂ ਵੀ ਜੇ, ਵਾਹਿਗੁਰੂ 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 ਵਾਹਿ ਹਾਂ 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 ਇਹ ਬੁਰਜ 'ਚ ਹੋ ਰਿਹਾ ਜੇ, ਬੁਰਜ 'ਚ ਭਾਣਾ ਮੰਨਣ ਡਿਆ ਨਾ, ਵਾਹਿਗੁਰੂ 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 ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੱਸਣ ਵਾਲਿਆਂ ਦੱਸਿਆ, ਸਤਿਗੁਰੂ ਸਾਰੀ ਰਾਤ ਬੁਰਜ ਦੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਨਹੀਂ ਆਈਆਂ, ਨਹੀਂ ਤਾਂ ਠੰਡ ਹੋਵੇ ਪੈਰ ਹੋ ਜਾਣ ਨੀਲੇ। ਇੱਕ ਬਜ਼ੁਰਗ ਮਾਤਾ ਲਮੇਰੀ ਉਮਰ ਦੀ, ਇੱਕ ਛੋਟੇ ਛੋਟੇ ਪਚੰਗੀ ਬੱਚੇ ਨਹੀਂ ਮੈਂ ਕਹਿੰਦਾ ਪਚੰਗੀ, ਮਹਾਰਾਜ ਉੱਥੋਂ ਰੋਣ ਦੀ ਆਵਾਜ਼ ਨਹੀਂ ਆਈ, ਹੈ ਦੀ ਆਵਾਜ਼ ਨਹੀਂ ਆਈ। ਇਹ ਵੀ ਨਹੀਂ ਕਿਹਾ ਹੈ ਸਾਨੂੰ ਠੰਡ ਲੱਗ ਗਈ,
ਆਨੰਦ 'ਚ ਰਹਿ। ਫਿਰ ਨੂਰਿਆ ਫਿਰ ਕੀ ਹੋਇਆ? ਫਿਰ ਕਹਿੰਦਾ ਮਹਾਰਾਜ ਪਹਿਲੇ ਦਿਨ ਦੀ ਪੇਸ਼ੀ ਹੋਈ, ਦੂਸਰੇ ਦਿਨ ਦੀ ਪੇਸ਼ੀ ਹੋਈ, ਤੀਸਰੇ ਦਿਨ ਦੀ ਪੇਸ਼ੀ ਹੋਈ, ਤੀਸਰੇ ਦਿਨ ਫਿਰ ਤੁਹਾਡੇ ਲਾਲਾਂ ਨੂੰ ਗਰੀਬ ਨਵਾਜ ਉਹਨਾਂ ਨੇ ਮੌਤ ਦੀ ਸਜ਼ਾ ਸੁਣਾਈ। ਕੀ ਸਜ਼ਾ ਸੁਣਾਈ? ਧਿਆਨ ਦਿਓ ਜੀ ਗੁਰੂ ਕਿਸੇ ਕੋ, ਕੀ ਸਜ਼ਾ ਸੁਣਾਈ ਪੁੱਛਦੇ। ਕਹਿੰਦੇ ਉਹਨਾਂ ਨੂੰ ਜਿਉਂਦਿਆਂ ਨੀਹਾਂ ਦੇ ਵਿੱਚ ਚਿਣ ਦਿੱਤਾ। ਮਹਾਰਾਜ ਦੀਵਾਰ ਬਣਾਈ, ਦੀਵਾਰ ਨੀਹਾਂ ਪੁੱਟੀਆਂ, ਨੰਗੇ ਪੈਰੀਂ ਤੇਰੇ ਛੋਟੇ ਪੁੱਤ ਨੂੰ ਦੀਨ ਦੁਨੀਆ ਦੇ ਮਾਲਕਾ, ਜਿਨ੍ਹਾਂ ਦੇ ਪੈਰਾਂ 'ਚ ਉਦੋਂ ਜੁੱਤੀ ਨਹੀਂ ਸੀ, ਆਖੋ ਵਾਹਿਗੁਰੂ, ਕਿੰਨੀ ਠਰੀ ਧਰਤੀ ਦੇ ਉੱਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਖਿਲਾਰ ਦਿੱਤਾ। ਗਿੱਲਾ ਗਾਰਾ ਸੀ, ਗਿੱਲਾ ਗਾਰਾ ਕੀ ਜੀ? ਗਾਰਾ ਗਿੱਲਾ ਸੀ, ਜਿਹਦੇ ਨਾਲ ਇੱਟਾਂ ਚਿਣੀਆਂ ਗਈਆਂ, ਗੋਡਿਆਂ ਤੱਕ ਇੱਟਾਂ ਆ ਗਈਆਂ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਗੋਡਿਆਂ ਤੱਕ ਇੱਟਾਂ ਆ ਗਈਆਂ। ਗਰੀਬ ਨਵਾਜ ਜੀ, ਇਹਨਾਂ ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ। ਕਾਜੀ ਨੇ ਸੋਚਿਆ, ਕੋਈ ਸਲਾਹ ਕਰਨ ਲੱਗੇ, ਬੇਨਤੀ ਕਰਨ ਲੱਗੇ ਨੇ। ਕਾਜੀ ਭੱਜ ਕੇ ਅੱਗੇ ਆਇਆ, ਆਖੋ ਵਾਹਿਗੁਰੂ, ਅਤੇ ਕਾਜੀ ਨੇ ਆਣ ਕੇ ਬਾਬੇ ਫਤਿਹ ਸਿੰਘ ਨੂੰ ਪੁੱਛਿਆ, ਇਹ ਨੂਰਾ ਕਹਿ ਰਿਹਾ? ਕੌਣ ਕਹਿ ਰਿਹਾ? ਕਿਹਨੂੰ? ਗੁਰੂ ਗੋਬਿੰਦ ਸਾਹਿਬ, ਸ਼ਾਬਾਸ਼, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿ ਰਿਹਾ। ਛੋਟੇ ਨੂੰ ਆਣ ਕੇ ਕਾਜੀ ਨੇ ਛੇਤੀ ਨਾਲ ਪੁੱਛਿਆ, ਹੱਥੇ 'ਚ ਤੇਰਾ ਮਾਲਾ ਫਿਰ ਰਹੀ ਸੀ, ਬੜਾ ਉੱਚਾ ਲੰਬਾ ਸੀ ਮਹਾਰਾਜ। ਉਹ ਮੁਸਲਮਾਨ ਕਾਜੀ ਜਿਹਦੇ ਸਿਰ ਦੇ ਉੱਤੇ ਟੋਪੀ ਸੀ ਲਾਲ ਰੰਗ ਦੀ, ਜਿਹਦੀਆਂ ਮੁੱਛਾਂ ਕੱਟੀਆਂ ਸੀ, ਦਾੜਾ ਲੰਮਾ ਸੀ, ਲਾਲ ਰੰਗ ਦਾ ਚੋਲਾ ਪਾਇਆ ਸੀ, ਅਤੇ ਉਹਨੇ ਬਾਬੇ ਫਤਿਹ ਸਿੰਘ ਸਾਹਿਬ ਵੱਲ ਵੇਖਿਆ, ਅਤੇ ਤੇਰੇ ਬਾਬੇ ਫਤਿਹ ਸਿੰਘ ਨੇ ਨੇਤਰ ਚੁੱਕੇ। ਧਿਆਨ ਦਿਓ, ਤੇਰੇ ਬਾਬੇ ਫਤਿਹ ਸਿੰਘ ਨੇ ਨੇਤਰ ਚੁੱਕੇ, ਨੇਤਰ ਚੁੱਕ ਕੇ ਤਾਂ ਵੇਖਿਆ ਕਾਜੀ ਵੱਲ, ਅਤੇ ਕਾਜੀ ਦੇ ਹੱਥੋਂ ਮਾਲਾ ਡਿੱਗ ਪਈ। ਇਹ ਲੋਕਾਂ ਨੇ ਮੈਨੂੰ ਦੱਸਿਆ ਹੈ। ਨੂਰਾ ਕਹਿੰਦਾ ਵੀ ਲੋਕਾਂ ਨੇ, ਸਰਹੱਦਿਆਂ ਨੇ ਸਾਨੂੰ ਦੱਸਿਆ ਹੈ, ਜਿਹੜੇ ਉੱਥੇ ਸੀ, ਵੀ ਉਹਦੇ ਹੱਥੋਂ ਮਾਲਾ ਡਿੱਗ ਪਈ, ਕੰਬਣ ਲੱਗ ਪਿਆ, ਇੰਨਾ ਜਲਾਲ ਸੀ ਸ਼ਹੀਦ ਹੋਣ ਲੱਗਿਆ ਤੇਰੇ 7 ਸਾਲ ਦੇ ਪੁੱਤ 'ਤੇ, ਇੰਨਾ ਹੌਸਲਾ ਸੀ ਤੇਰੇ ਪੁੱਤ ਵਿੱਚ। ਜਿਹੜੇ ਪੜ੍ਹਦੇ ਸੀ, ਹੇ ਰੱਬ ਹੇ ਸੱਸ ਹੇ ਕਰੁਣਾ ਨਿਧ, ਮੇਰੀ ਅਵੈ ਬੇਨਤੀ ਸੁਣ ਲੀਜੇ। ਜਿਹੜੇ ਇਸ ਤਰ੍ਹਾਂ ਦੇ ਕਰਨ ਵਾਲੇ, ਦੇ ਸ਼ਿਵਾ ਬਰ ਮੋਹੇ ਐ, ਗੱਲਾਂ ਭੁੱਲ ਗਈਆਂ, ਤਰਾਨੇ ਭੁੱਲ ਗਏ। ਬਾਬੇ ਨਾਨਕ ਦੇ ਪੁੱਤਰੋ, ਤੁਹਾਨੂੰ ਅਤੇ ਸਾਨੂੰ ਅਜੇ ਤਰਾਨੇ ਭੁੱਲ ਗਏ, ਇਹ ਗੀਤ ਸਾਡੇ ਤੋਂ ਦੂਰ ਹੋ ਗਏ। ਇਹਨਾਂ ਦੀ ਜਗ੍ਹਾ 'ਤੇ ਗਾਇਆ ਜਾਂਦਾ ਹੈ, ਉੱਤੋਂ ਪੈ ਗਈ ਰਾਤ ਹਨੇਰੀ, ਕਿੱਧਰ ਇਹਨੂੰ ਅਮੀਏ ਜਾਵਾਂਗੇ। ਰੋਣੇ ਰੋਏ ਜਾਂਦੇ ਜੋੜ ਮੇਲਿਆਂ 'ਤੇ, ਮਾਈਆਂ ਰੋਂਦੀਆਂ, ਰਾਗੀ ਰਵਾਉਂਦੇ, ਰਵਾਉਂਦੇ ਕਿ ਨਹੀਂ ਬੋਲੋ ਗੁਰੂ, ਕਿਹਨੂੰ ਕਿਹਨੂੰ ਪਤਾ ਇਸ ਗੱਲ ਦਾ, ਬੋਲੋ ਨਾ, ਰਾਗੀ। ਇਹ ਰੋਣ ਵਾਲਾ ਵਿਸ਼ਾ ਨਹੀਂ ਸੀ, ਇਹ ਤਾਂ ਛਾਤੀ ਚੌੜੀ ਕਰਨ ਵਾਲਾ ਸੀ। ਜਿਉਂ ਜਿਉਂ ਨਾਗ ਦੇ ਅੱਗੇ ਬੀਨ ਵੱਜਦੀ ਹੈ ਨਾ, ਅਤੇ ਨਾਗ ਇਤਨਾ ਸਿਰ ਚੁੱਕਦਾ ਚੁੱਕਦਾ ਇੱਥੇ ਲੈ ਆਉਂਦਾ ਆਪਣਾ, ਪਤਾ ਲੱਗਾ ਕੀ ਜੀ ਫਨ ਆਪਣੀ, ਅਤੇ ਤੇਰੇ ਪੁੱਤਾਂ ਨੇ ਵੀ ਇਤਨਾ ਫਨਾਂ ਚੁੱਕੀਆਂ ਸੀ, ਸਿਰ ਚੁੱਕੇ ਸੀ ਗਰਵ ਨਾਲ, ਵੀ ਅਸੀਂ ਧਰਮ ਤੋਂ ਸ਼ਹੀਦ ਹੋਣ ਲੱਗੇ ਹਾਂ। ਧਰਮ ਤੋਂ ਅਸੀਂ ਕਿਤੇ ਡਾਕਾ ਨਹੀਂ ਸੀ ਮਾਰਿਆ, ਅਸੀਂ ਕਿਸੇ ਚੋਰੀ ਨਹੀਂ ਸੀ ਕੀਤੀ, ਵੀ ਸਿਰ ਨਹੀਂ ਆਉਂਦਾ। 7 ਸਾਲ ਦਾ ਤੇਰਾ ਪੁੱਤਰ ਜਦੋਂ ਨੇਤਰ ਚੁੱਕ ਕੇ ਕਾਜੀ ਵੱਲ ਵੇਖਿਆ, ਕਾਜੀ ਨੂੰ ਕੰਬਣੀ ਛੇੜਤੀ, ਅਤੇ ਕਾਜੀ ਨੇ ਸਰਹੰਦ ਸੂਬੇਦਾਰ ਵੱਲ ਵੇਖਿਆ। ਸਤਿਗੁਰੂ ਜੀ, ਇਹ ਨੂਰਾ ਦੱਸ ਰਿਹਾ, ਸਤਿਗੁਰੂ ਜੀ, ਕਾਜੀ ਨੇ ਸਰਹੰਦ ਵੱਲ ਵੇਖਿਆ, ਸੂਬੇਦਾਰ ਵੱਲ, ਅਤੇ ਸੂਬੇਦਾਰ ਨੇ ਇਤਨਾ ਆਰਡਰ ਕੀਤਾ ਵੀ ਇਹਨਾਂ ਨੂੰਹੀਆਂ 'ਚ ਚਿਣ ਦੇ। ਇੱਕ ਵਾਰ ਆਣ ਕੇ ਲਾਗੇ ਸੁੱਚਾਨੰਦ ਨੇ ਗੱਲਾਂ ਕੀਤੀਆਂ, ਆਖੋ ਵਾਹਿਗੁਰੂ, ਬੱਚਿਓ ਜੇ ਤੁਹਾਨੂੰ ਛੱਡ ਦਈਏ, ਇਸ ਤਰ੍ਹਾਂ ਦੀ ਕਹਾਣੀ ਸੁਣੀ ਕਿ ਨਹੀਂ, ਜੇ ਤੁਹਾਨੂੰ
ਤਰਸ ਖਾ ਕੇ, ਕਹਿੰਦੇ ਤੇਰੇ ਅੰਦਰ ਤਰਸ ਕਿੱਥੋਂ? ਮੁਸਲਮਾਨ ਮੋਮ ਦਿਲ ਹੋਵੇ, ਤੂੰ ਤਾਂ ਮੋਮ ਦਿਲ ਨਹੀਂ, ਤੂੰ ਤਾਂ ਪੱਥਰ ਹੈ, ਅਤੇ ਪੱਥਰ ਵਿੱਚ ਤਰਸ ਨਹੀਂ ਹੁੰਦਾ, ਪੱਥਰ ਕਦੀ ਫੁੱਲ ਨਹੀਂ ਬਣਿਆ, ਅਤੇ ਤੇਰੇ ਅੰਦਰ ਤਰਸ ਹੈ ਨਹੀਂ, ਤੂੰ ਨਵੀਂ ਚਾਲ ਨਾ ਚੱਲ, ਦੱਸ ਗੱਲ ਕੀ ਹੈ? ਆਖੋ ਵਾਹਿਗੁਰੂ, ਜੇ ਤੁਸੀਂ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਨੀਹਾਂ 'ਚ ਚਿਣਕੇ ਸ਼ਹੀਦ ਕਰ ਦੇਣਾ ਹੈ। ਅਤੇ ਕਹਿਣ ਲੱਗਾ ਫਿਰ ਕੀ ਹੋਇਆ? ਬਾਬਾ ਫਤਿਹ ਸਿੰਘ ਸਾਹਿਬ ਕਹਿੰਦਾ ਫਿਰ ਕੀ ਹੋਇਆ, ਤੁਹਾਨੂੰ ਸ਼ਹੀਦ ਕਰ ਦੇਣਾ? ਕਹਿੰਦੇ ਫਿਰ ਕੀ ਹੋਇਆ? ਕੁਛ ਨਹੀਂ ਆਉਣਾ, ਜਦੋਂ ਤੂੰ ਸਾਨੂੰ ਸ਼ਹੀਦ ਕਰਨਾ ਹੈ ਨਾ, ਦੇਖੀ ਤਾਂ ਸਹੀ ਇਸ ਸ਼ਹੀਦੀ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਹੋਣਾ ਹੈ, ਤੂੰ ਵੇਖੀ ਤਾਂ ਸਹੀ ਇਸ ਸ਼ਹੀਦੀ ਦੇ ਵਿੱਚੋਂ ਬੜੇ ਬੜੇ ਸੂਰਮੇ ਪੈਦਾ ਹੋਣੇ, ਤੈਨੂੰ ਤਾਂ ਪਤਾ ਹੀ ਨਹੀਂ। ਜਦੋਂ ਕਦੀ ਜਦ ਖੂਨ ਡੁੱਲਦਾ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਕੌਮਾਂ ਦੀ ਤਕਦੀਰ ਬਦਲਦੀ ਆ, ਕਿਤੇ ਕਰਕੇ ਤਾਂ ਵੇਖ। ਇੰਨਾ ਗੁੱਸੇ ਵਿੱਚ ਆ ਗਿਆ, ਦੀਵਾਰ ਦੀ ਵਿੰਗਾਪਨ ਆਇਆ, ਜਦੋਂ ਦੀਵਾਰ ਚੁਣਦਾ ਗਿਆ ਤਾਂ ਉੱਥੇ ਗੋਡੇ ਦੀ ਜਿਹੜੀ ਚੱਪਣੀ ਆ ਨਾ, ਉੱਥੋਂ ਆਣ ਕੇ ਐਂਗਲ ਵਿੰਗਾ ਹੁੰਦਾ ਸੀ ਦੀਵਾਰ ਦਾ, ਅਤੇ ਤੇਸੀ ਮਾਰ ਕੇ, ਤੇਸੀ ਮਾਰ ਕੇ ਅੱਗੋਂ ਚੱਪਣੀਆਂ ਲਾਹ ਤੀਆਂ, ਚੱਪਣੀਆਂ ਲਾਹ ਕੇ। ਅਤੇ ਮਿਸਤਰੀ ਵੀ ਰੋਇਆ ਮਗਰ ਕਾਜੀ ਹੱਸਿਆ। ਬਾਬੇ ਫਤਿਹ ਸਿੰਘ ਨੇ ਆਵਾਜ਼ ਮਾਰੀ, ਜਿਹੜਾ ਤੂੰ ਹੱਸਦਾ ਹੈ ਨਾ, ਤੂੰ ਵੇਖ ਲਾ ਸਾਡਾ ਵਗਿਆ ਹੋਇਆ ਖੂਨ ਕਿੱਧਰ ਨੂੰ ਤੁਰਿਆ ਜਾਂਦਾ, ਧਿਆਨ ਦੇਣਾ ਜ਼ਰਾ, ਇਹ ਬੜੇ ਸੁਚੇਤ ਹੋ ਕੇ ਸੁਣਨ ਵਾਲੇ ਬਚਨ ਜੇ, ਇਹ ਵਗਿਆ ਹੋਇਆ ਖੂਨ ਕਿੱਧਰ ਨੂੰ ਤੁਰਿਆ ਜਾ ਰਿਹਾ? ਜਿੰਨਾ ਡੂੰਘਾ ਖੂਨ ਧਰਤੀ 'ਚ ਜਾਣਾ ਹੈ, ਇੰਨੇ ਡੂੰਘੇ ਨਿਸ਼ਾਨ ਝੁੱਲਣੇ ਇੱਥੇ। ਅਤੇ ਆਹ ਜਿਹੜਾ ਸਾਡਾ ਮਾਸ ਲੱਥਾ ਹੈ ਨਾ ਮਾਸ, ਇਸ ਮਾਸ ਦੀ ਬੋਟੀ ਨੂੰ ਚੁੱਕ ਕੇ ਜਿੰਨਾ ਉੱਚਾ ਇੱਲਾਂ ਨੇ ਲੈ ਜਾਣਾ ਹੈ, ਉਹਨੇ ਉੱਚੇ ਨਿਸ਼ਾਨ ਝੁੱਲਣੇ ਨੇ ਇਸ ਫਤਿਹਗੜ੍ਹ ਸਾਹਿਬ 'ਤੇ। ਇਤਨਾ ਨੀਹਾਂ ਵਿੱਚ ਚਿਣਕੇ ਆਖਿਰ ਜਿਬਾ ਕਰਕੇ ਮੇਰੇ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ। ਅਤੇ ਨੂਰਾ ਰੋ ਰੋ ਕੇ ਦੱਸ ਰਿਹਾ ਹੈ, ਫਿਰ ਮੇਰੀ ਸਰਕਾਰ ਨੇ ਕਾਈ ਦਾ ਬੂਟਾ ਪੁੱਟਿਆ। ਇੰਨੀ ਗੱਲ ਕਹਿ ਕੇ ਰੱਬ ਦੀ ਰਜ਼ਾ ਦੇ ਰੰਗ ਵਿੱਚ ਚਲੇ ਗਏ ਨੇਤਰ ਮੂੰਦ ਲੈ। ਇਹ ਗੱਲ ਕਹੀ, ਪਾਪੀ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਕਾਈ ਦੇ ਬੂਟੇ ਦੀ ਜੜ੍ਹ ਪੁੱਟੀ ਅਤੇ ਆਖਿਆ ਪਾਪੀ ਰਾਗ ਦੀ ਜੜ੍ਹ ਪੁੱਟੀ ਗਈ। ਐਸਾ ਮੇਰਾ ਸਤਿਗੁਰੂ ਪੁੱਤਰ ਵਾਰਨ ਵਾਲਾ ਇੱਥੋਂ ਜਾ ਕੇ ਦੀਨੇ ਕਾਂਗੜੇ ਇੱਕ ਚਿੱਠੀ ਲਿਖਦਾ ਜਿਹਨੂੰ ਕਹਿੰਦੇ ਜ਼ਫਰਨਾਮਾ। ਕੀ ਕਹਿੰਦੇ ਜੀ? ਜ਼ਫਰ ਜਿੱਤ ਦਾ, ਜਿੱਤ ਦੀ ਚਿੱਠੀ। ਉਸ ਚਿੱਠੀ 'ਚ ਔਰੰਗਜ਼ੇਬ ਨੂੰ ਲਿਖਦਾ, ਔਰੰਗਜ਼ੇਬ ਤੂੰ ਸੋਚਦਾ ਤੂੰ ਮੇਰੇ ਪੁੱਤ ਮਾਰੇ ਨੇ, ਤੂੰ ਨਹੀਂ ਮਾਰੇ ਰੱਖੇ, ਤੇਰੇ ਕੋਲ ਕਿੱਥੇ ਪਾਵਰ ਕਿਸੇ ਨੂੰ ਮਾਰਨ ਦੀ? ਨਾ ਤੂੰ ਕਿਸੇ ਨੂੰ ਮਾਰ ਸਕਦਾ, ਨਾ ਪੈਦਾ ਕਰ ਸਕਦਾ ਹੈ, ਇਹ ਤਾਂ ਪਾਵਰ ਉਸ ਅਕਾਲ ਪੁਰਖ ਦੀ। ਤੂੰ ਕਰਮ ਨੂੰ ਆਪਣੇ ਸਿਰ ਲੈ ਕੇ ਭਾਰਾ ਹੋ ਕੇ ਬੈਠਾ ਵੀ ਮੇਰੇ ਕੋਲੋਂ ਪਾਪ ਹੋ ਗਿਆ, ਨਹੀਂ ਪਤਾ ਲੱਗਾ ਜੀ ਕੀ ਕਰਕੇ ਬੈਠਾ ਵੀ ਪਾਪ ਮੇਰੇ ਕੋਲੋਂ ਹੋ ਗਿਆ? ਆ ਚਿੱਠੀ ਲਿਖ ਕੇ ਵਿੱਚ ਲਿਖਿਆ ਵੀ ਜੇ ਤੂੰ ਕਦੀ ਮੈਨੂੰ ਦੀਨੇ ਕਾਂਗੜੇ ਆਣ ਕੇ ਮਿਲੇ, ਕਿਹਨੂੰ ਕਿਹਾ? ਔਰੰਗਜ਼ੇਬ ਨੂੰ, ਵੀ ਜੇ ਕਦੀ ਦੀਨੇ ਕਾਂਗੜੇ ਆਣ ਕੇ ਤੂੰ ਮੈਨੂੰ ਮਿਲੇ ਤਾਂ ਮੈਂ ਤੇਰੇ ਸਾਰੇ ਗੁਨਾਹ ਮਾਫ਼ ਕਰਦਾ, ਮੈਂ ਤੈਨੂੰ ਕੋਈ ਸਜ਼ਾ ਨਾ ਦੇਵਾਂ, ਅਤੇ ਤੈਨੂੰ 5 ਘੋੜਿਆਂ ਵਰਗਾ 1 ਘੋੜਾ ਬਖਸ਼ਾਂ। ਇਹ ਕਿਹਨੇ ਲਿਖਿਆ? ਗੁਰੂ ਗੋਬਿੰਦ ਸਿੰਘ ਨੇ। ਐਸਾ ਮੇਰਾ ਮਰਦ ਬਾਪੂ ਪੁੱਤ ਵਾਰ ਕੇ ਵੀ ਜਿਹਦੇ ਨਾਂ ਲੱਗਦਾ ਵੀ ਸ਼ਹੀਦੀ ਔਰੰਗਜ਼ੇਬ ਨੇ ਕੀਤੀ ਆ, ਉਹਨੂੰ ਵੀ ਜਾਂਦਾ ਬਖਸ਼ ਦਿੰਦਾ ਹੈ। ਕਿਉਂ? ਕਿ ਚਿਤਰੰਗ ਬਹੀਨੇ ਕਿ ਇੱਕ ਨਦੀਨੇ
ਕਿ ਰੋਜ਼ੀ ਰਜ਼ਾ ਕੇ ਰਹੀਮੇ ਰਹਾ ਕੇ ਕਿ ਪਾਕ ਬੇਅਬ ਹੈ ਕਿ ਗੈਬੁਲ ਗੈਬ ਹੈ। ਅੱਗੇ ਪੜ੍ਹ ਲਓ, ਇਹ ਮੇਰੇ ਬਾਪੂ ਦਾ ਚਿਹਰਾ ਦੇਖ ਕੇ ਅਫੂਅਲ, ਇਹਦਾ ਮਤਲਬ ਸਾਰੇ ਗੁਨਾਹ ਮਾਫ਼ ਕਰਨ ਵਾਲਾ। ਅਫੂਅਲ ਗੁਨਾਹ ਦਾ ਮਤਲਬ ਹੁੰਦਾ ਸਾਰੇ। ਜਿੱਦਣ ਤੁਸੀਂ ਰੱਬ ਦੀ ਸ਼ਰਨ ਵਿੱਚ ਜਾਂਦੇ ਹੋ ਧੀਏ, ਰੱਬ ਤੁਹਾਨੂੰ ਪੁੱਛਦਾ ਨਹੀਂ ਤੁਸੀਂ ਕੀ ਗੁਨਾਹ ਕੀਤਾ ਹੈ, ਬਖਸ਼ ਦਿੰਦਾ ਹੈ। ਨਹੀਂ ਪਤਾ ਲੱਗਾ ਜੀ, ਰੱਬ ਕਿਉਂ, ਇੱਕ ਰੱਬ ਹੀ ਆ ਜਿਹਨੂੰ ਪੁੱਛਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਹੜੇ ਜਿਹੜੇ ਤੁਸੀਂ ਗੁਨਾਹ ਕਰ ਰਹੇ ਉਹ ਕੋਲ ਹੀ ਖਲੋਤਾ ਸੀ। ਨਹੀਂ ਪਤਾ ਲੱਗਾ, ਉਹ ਹਰ ਪ੍ਰਾਣੀ ਦੇ ਕੋਲ ਹੀ ਖਲੋਤਾ ਸੀ, ਉਹਨੂੰ ਪੁੱਛਣ ਦੀ ਜ਼ਰੂਰਤ ਨਹੀਂ। ਇਹ ਮੈਨੂੰ ਪੁੱਛਣ ਦੀ ਜ਼ਰੂਰਤ ਆ, ਭਾਈ ਸਾਹਿਬ ਤੁਸੀਂ ਕੀ ਪਾਪ ਕੀਤਾ ਹੈ, ਕਿਉਂਕਿ ਮੈਂ ਤੁਹਾਡੇ ਕੋਲ ਨਹੀਂ ਸਾਂ। ਅਤੇ ਗੁਰ ਮੇਰੇ ਸੰਗ ਜਿਹੜਾ 24 ਘੰਟੇ ਤੁਹਾਡੇ ਅੰਗ ਸੰਗ ਖਲੋਤਾ, ਉਹਨੂੰ ਪੁੱਛਣ ਦੀ ਜ਼ਰੂਰਤ ਨਹੀਂ ਤੁਸੀਂ ਕੀ ਗੁਨਾਹ ਕੀਤਾ ਹੈ। ਗੁਰੂ ਨੂੰ ਪਤਾ ਹੈ ਤੁਸੀਂ ਕੀ ਪਾਪ ਅਸੀਂ ਕੀਤੇ ਜੀਆਂ ਨੇ। ਅਤੇ ਗੁਰੂ ਦੀ ਸ਼ਰਨ ਵਿੱਚ ਆਈਏ, ਅਤੇ ਉਹਦਾ ਨਾਮ ਆ ਕਿ ਅਫੂਅਲ ਗੁਨਾਹ ਹੈ, ਕਿ ਸ਼ਾਹਨ ਸ਼ਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜ਼ੀ ਦੇਣ ਵਾਲਾ ਹੈ। ਭੁੱਲਾ ਨਾ ਚਿਤਾਰਿਓ ਜੀ, ਅਸੀਸ ਬਖਸ਼ੋ। ਇਹਨਾਂ ਸ਼ਹੀਦੀ ਦਿਨਾਂ ਦੇ ਉੱਤੇ ਮੇਰੀ ਉਹ ਭੈਣੋ, ਰੋਇਆ ਨਾ ਕਰੋ, ਫਖਰ ਕਰਿਆ ਕਰੋ। ਸਾਡੇ ਭਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ, ਅਤੇ ਸਾਹਿਬਜ਼ਾਦੇ ਸਾਡੇ ਕੀ ਲੱਗਦੇ ਭਰਾ? ਸਾਡੇ ਭਰਾ ਇੰਨੇ ਬਲਵਾਨ ਸੂਰਬੀਰ ਕਲੇਜੇ ਵਾਲੇ ਸੀ, ਜਿਹੜੇ ਮੌਤ ਨੂੰ ਵੇਖ ਕੇ ਵੀ ਨਹੀਂ ਡੋਲੇ। 10 ਲੱਖ ਦੇ ਵਿੱਚ ਜਾ ਕੇ ਤੇਗ ਵਾਹਿਆ, ਮਨ ਨੂੰ ਡੁਲਾਇਆ ਨਹੀਂ, ਗੁਰੂ ਦੇ ਭਰੋਸੇ ਨਾਲ ਅਸੀਸ ਨਾਲ ਲੜੇ, ਇੱਕ ਐਸੀ ਸੰਸਾਰ ਦੀ ਜੰਗ ਜਿੱਤ ਕੇ ਚਲੇ ਗਏ। ਆਖੋ ਵਾਹਿਗੁਰੂ। ਜਿਹੋ ਜਿਹੀ ਸੰਸਾਰ ਦੀ ਜੰਗ ਅੱਜ ਤੱਕ ਕਿਸੇ ਨੇ ਨਹੀਂ ਲੜੀ। 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ, ਅਤੇ ਸੂਰਮਾ ਹੈ ਵੀ ਉਹ ਜਿਹੜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਭੁੱਲਾ ਨਾ ਚਿਤਾਰਿਓ, ਮੇਰੀ ਅਰਦਾਸ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਸ ਪਨੀਰੀ ਨੂੰ ਤੂੰ ਆਪਣੇ ਪੁੱਤਾਂ ਵਰਗਾ ਰੰਗ ਚਾੜ, ਇਹਨਾਂ ਭੈਣਾਂ 'ਤੇ ਵੀ ਰੰਗ ਚਾੜ। ਇਹ ਭੈਣਾਂ ਆਪਣੇ ਬੱਚਿਆਂ ਦੇ ਕੇਸ ਗੁੰਦਣ, ਕੀ ਆਖਿਆ ਬੋਲੋ, ਗੁੰਦਣ, ਨਾ ਕਿ 20 ਰੁਪਈਏ ਆਪਣੇ ਪਾਸੇ 'ਚੋਂ ਕੱਢ ਕੇ ਕਹਿਣ ਪੁੱਤ ਸਕੂਲੇ ਜਾਣ ਲੱਗੇ ਤਾਂ ਮੇਰੇ ਟਾਈਮ ਬੜਾ ਬਰਬਾਦ ਹੁੰਦਾ ਹੈ, ਤੂੰ ਉੱਥੋਂ ਜੀਰੇ ਤੋਂ ਆਉਂਦਾ ਕੈਂਚੀ ਫਰਵਾ ਕੇ ਆਈ, ਤੁਸੀਂ ਕੈਂਚੀਆਂ ਨਾ ਫਰਵਾਓ, ਤੁਹਾਡੇ ਸਿਰਾਂ 'ਤੇ ਆਰੇ ਚੱਲੇ ਨੇ, ਰੰਬੀਆਂ ਚੱਲੀਆਂ ਨੇ, ਤੁਸੀਂ ਕੇਸਾਂ ਨੂੰ ਸੰਭਾਲਣ ਵਾਲੀ ਕੌਮ ਜੇ, ਆਪਣੀਆਂ ਦਾੜੀਆਂ ਨਾ ਕੱਟੋ, ਆਪਣੇ ਕੇਸ ਨਾ ਕੱਟੋ, ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਨਾ ਰੋੜੋ, ਆਓ ਗੁਰੂ ਕੇ ਸਿੱਖ ਬਣੀਏ। ਇੱਥੇ 1400 ਵਰਾ ਧਰਤੀ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਹੈ, ਬਾਬੇ ਨਾਨਕ ਨੇ ਭਵਿੱਖਤ ਵਚਨ ਕੀਤੇ ਨੇ। 1400 ਵਰਾ ਅਜਿੱਤੇ ਰੰਧਾਵੇ ਦੀ ਜਨਮ ਸਾਖੀ ਪੜ੍ਹ ਕੇ ਵੇਖੋ, ਉਹਦੇ ਵਿੱਚ ਲਿਖਿਆ ਵੀ ਇੰਨਾ ਚਿਰ ਮੇਰੇ ਖਾਲਸੇ ਦੇ ਨਿਸ਼ਾਨ ਝੁੱਲਣੇ ਨੇ ਧਰਤੀ ਦੇ ਉੱਤੇ, ਜਿਹਨੂੰ ਕਿੰਨੇ ਰਾਜ ਕਰੇਗਾ। ਉਹ ਕੋਈ ਛੋਟੀ ਜਿਹੀ ਗੱਲ ਨਹੀਂ, ਬਾਪੂ ਦੇ ਸਾਹਮਣੇ ਰੋਜ਼ ਬੋਲਦੇ ਹਾਂ, ਨਹੀਂ ਪਕੜਿਆ ਜੇ? ਇੱਕ ਸਿੱਖ ਰੋਜ਼ ਬੋਲਦਾ ਹੈ ਕਿਹਦੇ ਸਾਹਮਣੇ? ਗੁਰੂ ਦੇ ਸਾਹਮਣੇ। ਉਹਦੇ ਪਿੱਛੇ ਕੋਈ ਰਾਜ ਆ। ਇੱਕ ਗੱਲ ਕਿਸੇ ਨੂੰ ਰੋਜ਼ ਕਹੀਏ, ਇੱਕ ਦਿਨ ਗੱਲ ਨਾ ਲਾ ਕੇ ਕਹਿੰਦਾ ਯਾਰ ਤੇਰੀ ਉਹ ਮੰਗ ਵੀ ਪੂਰੀ ਕਰ ਦਿੰਦਾ। ਤੁਸੀਂ ਕਰਦੇ ਹੋ ਰੋਜ਼ ਹੀ, ਇੱਕ ਦਿਨ ਇਹ ਮੰਗ ਪੂਰੀ ਹੋਣੀ ਇਸ ਸ੍ਰਿਸ਼ਟੀ ਦੇ ਉੱਤੇ, ਖਾਲਸੇ ਦੇ ਰਾਜ ਦੇ ਨਿਸ਼ਾਨ ਝੁੱਲਣੇ ਨੇ। ਸਾਨੂੰ ਉਹਦੇ 'ਚ ਖੁਦਗਰਜ਼ੀ ਕੋਈ ਨਹੀਂ ਵੀ ਅਸੀਂ ਬਾਹਾਂ ਚੌੜੀਆਂ ਕਰਾਂਗੇ ਸਾਡਾ ਰਾਜ ਆ, ਨਾ। ਰੋਂਦੀ ਹੋਈ ਮਨੁੱਖਤਾ ਨੂੰ ਨਿਆਂ ਦਿਆਂਗੇ। ਕੀ ਕਰਾਂਗੇ? ਰੋਂਦੀ ਹੋਈ ਮਨੁੱਖਤਾ ਦੇ ਜ਼ਖਮਾਂ ਦੇ ਉੱਤੇ ਮਲਮ ਲਾਵਾਂਗੇ। ਅੱਗੇ ਅਸੀਂ 40 ਸਾਲ ਰਾਜ ਕੀਤਾ ਹੈ, ਧਿਆਨ ਦਿਓ ਜੀ ਕਿੰਨੇ, ਦੱਸ ਦਿਓ ਤੁਹਾਡੀ ਤਾਂ ਉਮਰ ਮੇਰੇ ਨਹੀਂ ਕਿੰਨਾ, ਅਤੇ 40 ਸਾਲ 'ਚ ਇੱਕ ਮਰਡਰ ਨਹੀਂ ਹੋਇਆ, ਇੱਕ ਕਿਸੇ ਧੀ ਦੀ ਬੇਪਤੀ ਨਹੀਂ ਹੋਈ। ਹੁਣ ਰੋਜ਼ ਵੇਖ ਲਓ, 2 ਸਾਲ ਦੀ ਦੂਸਰੀ ਕਲਾਸ ਦੀ ਬੱਚੀ
ਅਤੇ 8ਵੀਂ ਕਲਾਸ ਦਾ ਬੱਚਾ ਬਿਆਸ ਪਿੰਡ ਆ ਤੁਹਾਡੇ ਕੋਲ, ਕੀ ਵਿਪਤੀ ਹੋਈ, ਹੈਦਰਾਬਾਦ 'ਚ ਕੀ ਹੋਇਆ, ਰੋਜ਼ ਦੀ ਕਹਾਣੀ ਆ। ਕਿਸੇ ਨਾ ਕਿਸੇ ਅਬਲਾ ਦੀ ਇੱਜ਼ਤ ਲੁੱਟੀ ਜਾਂਦੀ, ਇਹਨਾਂ ਦੇ ਰਾਜ ਦੀ ਨਿਕੰਮਤਾ ਹੈ। ਜਿੱਦਣ ਕਦੀ ਸਾਡਾ ਰਾਜ ਹੋਇਆ, ਉਸ ਰਾਜ ਦੇ ਉੱਤੇ ਬੋਰਡ 'ਤੇ ਲਿਖ ਕੇ ਲਾਇਆ ਹੋਊਗਾ, ਮਿਥਿਆ ਨਾਹੀਂ ਰਸਨਾ ਪਰਸ, ਇਸ ਰਾਜ ਵਿੱਚ ਝੂਠ ਬੋਲਣਾ ਮਨਾ ਹੈ, ਇਸ ਰਾਜ ਵਿੱਚ ਪਰਾਏ ਦਾ ਰੂਪ ਵੇਖਣਾ, ਪਰ ਤਰਿਆ ਰੂਪ ਨਾ ਪੇਖੇ ਨੇਤਰ, ਉੱਥੇ ਲਿਖ ਕੇ ਲਾਇਆ ਹੋਊਗਾ ਵੀ ਇਹਨਾਂ ਇਸ ਰਾਜ ਦੇ ਵਿੱਚ ਕਿਸੇ ਦੀ ਧੀ ਵੱਲ ਵੇਖਣਾ ਮਨਾ ਹੈ। ਇਹ ਰਾਜ ਕਰਨ ਨਾ ਸੁਣੇ ਕਾਹੂ ਕੀ, ਇੱਥੇ ਨਿੰਦਾ ਸੁਣਨੀ ਅਤੇ ਨਿੰਦਾ ਕਰਨੀ। ਇਸ ਤਰ੍ਹਾਂ ਦਾ ਰਾਜ ਜਿੱਦਣ ਧਰਤੀ 'ਤੇ ਪੈਦਾ ਹੋਊਗਾ, ਜਿੱਦਣ ਉੱਥੇ ਲਿਖਿਆ ਉਹ ਹੱਕ ਪਰਾਇਆ ਨਾਨਕਾ ਉਸ ਸੂਹਰ ਉਸ ਗਾਏ, ਕੋਈ ਰਿਸ਼ਵਤ ਨਹੀਂ ਲਊਗਾ। ਹੁਣ ਤਾਂ ਰਾਜ ਵਾਲੇ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਏ, ਰੇਤਾ ਉਹ ਖਾ ਗਏ, ਬਜਰੀ ਉਹ ਖਾ ਗਏ, ਸਭ ਕੁਝ ਉਹ ਖਾ ਗਏ, ਅਜੇ ਵੀ ਢਿੱਡ ਨਹੀਂ ਭਰਦਾ। ਜਿੱਦਣ ਕਦੀ ਖਾਲਸੇ ਦਾ ਰਾਜ ਹੋਊਗਾ, ਉੱਦਣ ਲਿਖ ਕੇ ਲਾਇਆ ਹੋਊ ਵੀ ਜਿਹੜਾ ਕਿਸੇ ਦਾ ਪੈਸਾ ਖਾਣਾ ਹੈ, ਗਾਂ ਖਾਣੀ ਆ। ਇੱਕ ਵਾਰ ਬੋਲੋ ਕੀ ਖਾਣਾ, ਗਾਂ ਖਾਣੀ। ਇਹ ਖਾਲਸਾ ਰਾਜ ਦੇ ਇਹ ਉਹ ਕਰਮ ਹੋਣਗੇ ਜਿਹਨਾਂ ਕਰਮਾਂ ਕਰਕੇ ਦੁਨੀਆ ਦੇ ਉੱਤੇ ਲੋਕਾਂ ਨੂੰ ਪਤਾ ਹੋਊਗਾ ਵੀ ਰਾਜ ਖਾਲਸਾ ਕੀ ਹੁੰਦਾ ਹੈ। ਅਤੇ ਉਹ ਹੋਣਾ ਹੈ, ਡਰਿਓ ਨਾ। ਕਿੰਨੀ ਵਾਰ ਖੋਪਰੀਆਂ 'ਚ 10 ਵਾਰ ਹੋਰ ਲੱਥ ਜਾਣ, ਕੋਈ ਗੱਲ ਨਹੀਂ, ਸਾਡੀ ਕੋਈ ਲੰਮੀ ਉਮਰ, ਬਹੁਤ ਲੰਮੀ ਉਮਰ। ਅਸੀਂ ਕਾਲ ਨਹੀਂ, ਅਸੀਂ ਅਕਾਲ ਹਾਂ। ਕੀ ਹਾਂ? ਅਸੀਂ ਅਕਾਲ ਹਾਂ। ਅਤੇ ਅਕਾਲ ਨੂੰ ਕੋਈ ਡਰ ਨਹੀਂ ਹੁੰਦਾ, ਜਿਹੜਾ ਸਮੇਂ ਦੀ ਸੀਮਾ ਤੋਂ ਬਾਹਰ ਆ ਉਹਨੂੰ ਕੋਈ ਡਰ ਨਹੀਂ ਹੁੰਦਾ। ਤਗੜੇ ਹੋ, ਨਿਤਨੇਮ ਕਰੋ, ਸਿਮਰਨ ਕਰੋ, ਸਤਿਗੁਰੂ ਸਾਰਿਆਂ ਦਾ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।